ਲਾਸਟ ਅਖੀਰਲਾ ਦਰਬਾਰ ਪੰਜਾਬ ਦੀ ਧਰਤੀ ਲਾਹੌਰ ਜਿਹੜਾ ਸੀਟ ਆਫ ਪਾਵਰ ਸੀ ਮਹਾਰਾਜਾ ਰਣਜੀਤ ਸਿੰਘ ਨੇ ਅਦਾ ਉਸ ਦੇ ਵਿੱਚ ਲੱਗਦਾ ਹੈ ਸ਼ਾਹੀ ਦਰਬਾਰ ਚ ਦਲੀਪ ਸਿੰਘ 10 ਸਾਲ ਦੀ ਉਮਰ ਹੈ ਦਲੀਪ ਸਿੰਘ ਦੀ ਉਹ ਤਖਤ ਤੇ ਬੈਠਾ ਹੈ ਮਹਾਰਾਜਾ ਦਲੀਪ ਸਿੰਘ ਨੇ ਆਪਣੇ ਵਾਰਸਾਂ ਦੇ ਪੰਜਾਬ ਉੱਪਰੋਂ ਸਾਰੇ ਹੱਕ ਰੁਤਬੇ ਛੱਡੇ ਕੋਈ ਨੂਰ ਹੀਰੇ ਸਮੇਤ ਸਾਰੇ ਖਜ਼ਾਨੇ ਅਤੇ ਸਾਰੇ ਰਾਜ ਦੀ ਜਾਇਦਾਦ ਦੀ ਮਾਲਕੀ ਛੱਡੀ ਜੋ ਹੁਣ ਬ੍ਰਿਟਿਸ਼ ਸਾਮਰਾਜ ਦੀ ਹੋਏਗੀ। ਬਾਅਦ ਜਿੱਥੇ ਕਿਲੇ ਦੇ ਉੱਤੇ ਖਾਲਸਾ ਦੀ ਝੰਡਾ ਝੂਲ ਰਿਹਾ ਸੀ ਉਹਨੂੰ ਇੱਕਦਮ ਲਾ ਲਿਆ ਜਾਂਦਾ ਹੈ ਔਰ ਬ੍ਰਿਟਿਸ਼ ਯੂਨੀਅਨ ਜੈਕ ਜਿਹਨੂੰ ਕਿਹਾ ਜਾਂਦਾ ਹੈ ਉਹ ਝੰਡਾ ਝੁਲਾਇਆ ਜਾਂਦਾ ਹੈ। ਉਹ ਆਖੀਰਲਾ ਦਿਨ ਸੀ ਦਲੀਪ ਸਿੰਘ ਦਾ ਫਿਰ ਉਹਨੂੰ ਕਦੇ ਵਾਪਸ ਪੰਜਾਬ ਨਹੀਂ ਆਣ ਦਿੱਤਾ ਗਿਆ। ਜੋ ਦਲੀਪ ਸਿੰਘ ਔਰ ਉਹਦੀ ਮਾਂ ਮਹਾਰਾਣੀ ਜੰਦਾ ਦੀ ਕਹਾਣੀ ਹੈ ਉਹ ਇੱਕ ਦੁਖਾਂਤ ਹੈ 29 ਮਾਰਚ 1899 ਦਾ ਦਿਨ 1849 ਜਿਹੜਾ ਅਖੀਰਲਾ ਦਿਨ ਸੀ ਖਾਲਸਾ ਰਾਜ ਦਾ ਉਹ ਖਾਲਸਾ ਰਾਜ ਜਿਹਨੂੰ ਬਣਾਉਣ ਦੇ ਲਈ ਆਲਮੋਸਟ 100 ਸਾਲ 1699 ਤੋਂ 1799 ਤੱਕ ਸਿੱਖ ਕੌਮ ਨੇ ਤਿੰਨ ਚਾਰ ਜਨਰੇਸ਼ਨਾਂ ਜਿਨ੍ਹਾਂ ਚ ਜਿਨ੍ਹਾਂ ਨੇ ਕੱਲੂਕਾਰੇ ਫੇਸ ਕੀਤੇ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪਏ ਅਹਿਮਦ ਸ਼ਾਹ ਅਬਦਾਲੀ ਜਿਹੜੇ ਪਹਿਲੀ ਵਾਰ ਨਾਦਰ ਸ਼ਾਹ ਦੇ ਨਾਲ ਆਇਆ ਸੀ ਬਾਅਦ ਦੇ ਵਿੱਚ 17 ਵਾਰ ਆਇਆ ਔਰ ਉਹਨਾਂ ਦੇ ਨਾਲ ਟੱਕਰ ਵੱਡਾ ਕੱਲੂਕਾਰਾ ਅਬਦਾਲੀ ਦੀਆਂ ਫੌਜਾਂ ਵੱਲੋਂ ਵਰਤਾਇਆ ਜਾਂਦਾ ਸਾਊਥ ਚੂ ਮਰਾਠੇ ਜਿਹੜੇ 올 ਦਾ ਵੇ ਦਿੱਲੀ ਤਖਤ ਦੇ ਉੱਤੇ ਕਾਬਜ਼ ਹੋਣ ਤੋਂ ਬਾਅਦ ਲਾਹੌਰ ਔਰ ਰੋਤਾਸ ਤੱਕ ਪਹੁੰਚੇ ਉਨ੍ਹਾਂ ਦੇ ਨਾਲ ਵੀ ਟੱਕਰ ਮਾਰਜਰਿੰਦ ਸਿੰਘ ਨੇ 40 ਸਾਲ ਉਹ ਹਿਆਤੀ ਚ ਰਹੇ 16 1799 ਦੇ ਵਿੱਚ 19 ਸਾਲ ਦੀ ਉਮਰ ਚ ਉਹ ਲਾਹੌਰ ਦੇ ਤਖਤ ਦੇ ਉੱਤੇ ਜਿਹੜੇ ਨੇ ਉਹ ਬੈਠਦੇ ਨੇ ਜਦੋਂ ਅਸੀਂ ਇਹਨਾਂ ਸਾਰੇ 173 ਸਾਲਾਂ ਦੇ ਸਫ਼ਰ ਨੂੰ ਦੇਖਦੇ ਹਾਂ ਉਹ ਦਿਨ 29 ਮਾਰਚ 1859 ਦਾ ਕੁਆਇਟ ਦੁੱਖ ਦੇਣ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ ਆਦਾਬ ਬਰ ਸਭਾਹ ਤੋਂ ਹੀ ਹੋਸਟ ਹਨੀ ਰਮ ਕੋਰ ਤੇ ਮੈਂ ਚੀਵੀਅਰੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕੰਨ ਦੀਆਂ ਪ੍ਰੋਗਰਾਮ ਸੱਜੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ ਅੰਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨਾ ਫੇਅਰ ਸਾਂਡਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਜਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਆਉਣ ਨਾਲ ਗੱਲਬਾਤ ਕਰਕੇ ਅੱਜ ਦੇ ਆਮ ਸ਼ਿਸ਼ੂਪੜੋਨਾ ਤੋਂ ਉਹਨਾਂ ਦਾ ਤੱਬਸਰਾ ਚਾਹੁੰਦੇ ਆਂ ਜੀਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਿਲਮਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾ ਭਰਾਵਾਂ ਨੂੰ ਅਸਲਾਮ ਅਲੈਕੁਮ ਜੀ ਰਾਤ ਸਭ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਰਾਤ ਸਭਾ 29 ਮਾਰਚ 2022 16 ਚੇਤ ਨਾਨਕਸ਼ਹਿਬ ਸੰਬੰਧ 554 ਜਦਾ ਦੇ ਹਨ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰੰਦਾਸੀ ਵਿਊਅਰਸ ਆ ਜੇ ਤੁਸੀਂ ਹਾਕ ਤੇ ਸੱਚ ਨੂੰ ਸਾਹਮਣੇ ਪੇਰਾ ਦਿਨ ਦਾ ਇੱਕ ਇੱਕ ਚੈਨਲ ਟੀਵੀ ਏਰੀਆ ਤੋਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟ੍ਰਮ ਕੇਬਲ ਆਰਸਨ ਕੇਬਲ ਬੈਲਫਰਗਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ ਏਰੀਆ ਤੋਂ ਦੇ ਆਨਲਾਈਨ ਸਟ੍ਰੀਮਿੰਗ ਐਂਡ ਆ ਪਿਓਰ ਸਰ ਜੇ ਤੁਸੀਂ ਟੀਵੀ 84 ਨਾ ਨਾ ਪ੍ਰੋਗਰਾਮ ਸੱਚਾ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਭ ਤੋਂ ਪਹਿਲਾਂ ਤੁ ਵੱਲ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਜੀ ਕਿ ਤੁਸੀਂ ਟੀਵੀ 84 ਦੀ ਐਪ ਨੂੰ Android and App Store ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਰਸ ਤੱਕ ਦੇਖ ਸਕਦੇ ਹੋ ਪਿਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ حوالے ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸਾਚ ਨੂੰ ਸਪਾਂਸਰ ਕੀਤਾ ਗਿਆ ਹੈ ਟ੍ਰਾਂਟੋ ਤੋਂ ਸਿਮਰਨਦੀਪ ਸਿੰਘ ਹੋਰਾਂ ਵੱਲੋਂ ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅੱਜ ਭਾਰਤੀ ਜਿਹੜੀ ਸਰਕਾਰ ਆਪਣੇ ਖਿਲਾਫ ਗੱਲ ਕਰਨ ਵਾਲੇ ਅਦਾਰਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਔਰ ਖਾਸ ਕਰਕੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਸਾਰੇ ਅਦਾਰੇ ਉਹਨਾਂ ਦੇ ਨਿਸ਼ਾਨੇ ਤੇ ਹਨ ਅਤੇ ਭਾਰਤ ਵਿੱਚ ਬਹਿਨ ਕੀਤੇ ਹੋਏ ਹਨ ਕੀ ਤੁਸੀਂ ਸਭ ਨੂੰ ਇੱਕ ਪਲੇਟਫਾਰਮ ਤੇ ਨਹੀਂ ਲਿਆ ਸਕਦੇ ਕੋਈ ਸਾਂਝੀ ਐਪ ਜਾਂ ਕੋਈ ਹੋਰ ਸਾਂਝਾ ਪਲੇਟਫਾਰਮ ਨਹੀਂ ਖੜਾ ਕੀਤਾ ਜਾ ਸਕਦਾ ਇਕੱਠੇ ਹੋਣ ਦਾ ਫਾਇਦਾ ਹੋ ਸਕਦਾ ਹੈ ਰਿਸੋਰਸਰ ਕਟਣ ਲੱਗਣ ਅਤੇ ਆਊਟਰੀਚ ਜ਼ਿਆਦਾ ਹੋਵੇ ਸੋ ਅੱਜ ਦੀ ਸਪਾਂਸਰਸ਼ਿਪ ਲਈ ਆਸੀ ਵੀਰ ਸਿਮਰਨਦੀਪ ਸਿੰਘ ਜੀ ਹਰਾਂ ਦਾ तहे ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਇਸ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4tv.so viewers ਆ ਪਲੇਸ ਹੁੰਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ 29 ਮਾਰਚ ਦਾ ਉਹ ਭਾਗਾ ਦਿਨ ਹੈ ਜਿਸ ਦਿਨ ਅਜ ਤੂੰ ਠੀਕ 173 ਸਾਲ ਪਹਿਲਾਂ ਸਿੱਖ ਰਾਜ ਦਾ ਅੰਤ ਹੋਇਆ ਸੀ ਸੋ ਗਰੇਡੀ ਸਾਮਰਾਜ ਨੇ ਪੰਜਾਬ ਦਾ ਮਹਾਰਾਜਾ 10 ਸਾਲਾਂ ਦਲੀਪ ਸਿੰਘ ਨੂੰ ਜਲਾਵਤਨ ਕਰਕੇ ਸਿੱਖ ਰਾਜ ਨੂੰ ਬ੍ਰਿਟਿਸ਼ Empire ਦਾ ਹਿਸਾਬ ਬਣਾਇਆ ਸੀ ਸੋ ਪਿਛਲੀਆਂ 4 ਦਹਾਕੀਆਂ ਤੋਂ ਚੱਲ ਰਹੀ ਖਾਲਸਤਾਨ ਦੀ ਮੂਵਮੈਂਟ ਉਸ ਗਵਾਚੀ ਸੋਵਰਨਿਟੀ ਨੂੰ ਮੁੜ ਬਹਾਲ ਕਰਨ ਦਾ ਯਤਨ ਹੈ ਸੋ ਇਸ ਖਾਲਸਤਾਨੀ ਲਵਸ ਨੂੰ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘ-ਸਿੰਗਣੀਆਂ ਨੇ ਲਿਖਿਆ ਸੋ ਉਹ ਦਿਨ ਦੂਰ ਨਹੀਂ ਹੈ ਜਦੋਂ ਦਰਿਆਏ ਜਮਨਾ ਤੋਂ ਬਾਗਾ ਤੱਕ ਇੰਡੀਪੈਂਡੈਂਟ ਫੋਰ ਸੋਵਰਨ ਨੇਸ਼ਨ ਖਾਲਸਤਾਨ ਹੋਣ ਦੇ ਵਿੱਚ ਆਏਗਾ ਸੋ ਅੱਜ ਦੇ ਦੇਨ ਖਾਲਸਾ ਦੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਨੂੰ ਅਸੀਂ ਆਪਣਾ ਸਜਦਾ ਕਰਦੇ ਹਾਂ ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂਨ ਐਸੀ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰ ਹਨ ਅਹ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪான்ਸਰ ਕਰਨ ਲਈ ਵੀਰ ਸਿਮਰਨਦੀਪ ਸਿੰਘ ਟ੍ਰਾਂਟੋ ਕੈਨੇਡਾ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਨੇ ਬਿਸ਼ੱਕ ਫੀਲਿੰਗ ਤਾਂ ਇਹ ਹੀ ਦਿੱਤੀ ਹੈ ਕਿ ਜੇ ਅਸੀਂ ਕੋਈ ਕਲੈਕਟਿਵ ਐਫਰਟ ਕਰੀਏ ਜਿਹਦੇ ਤੇ ਸਾਡੇ ਰਿਸੋਰਸ ਬਚ ਜਾਂਦੇ ਨੇ ਮੈਸੇਜ ਮੋਰ ਸਟਰੋਂਗਲੀ ਜਾਂਦਾ ਹੈ ਬਿਲਕੁਲ ਇਹ ਬਹੁਤ ਚੰਗੀ ਭਾਵਨਾ ਹੈ ਲੇਕਿਨ ਜਿਵੇਂ ਉਹਨਾਂ ਨੇ ਖੁਦ ਵੀ ਕਿਹਾ ਕਿ ਜਿੱਥੇ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਉੱਥੇ ਤਾਂ ਤੁਸੀਂ ਕੋਈ ਪਲੈਟਫਾਰਮ ਖੜਾ ਕਰੋ ਉਸ ਨੂੰ ਬੈਨ ਕਰ ਦਿੰਦੇ ਨੇ ਹੁਣ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਜੂਨ ਮਹੀਨੇ ਤੋਂ ਪਿਛਲੇ ਦੋ ਵਰਿਆਂ ਤੋਂ ਟੀਵੀ 84 ਹਰ ਪਲੇਟਫਾਰਮ ਤੇ ਉੱਥੇ ਬੈਨ ਕੀਤਾ ਹੋਇਆ ਹੈ ਬਲਕਿ ਜਿਹੜੇ ਕੋਈ ਰੀਚ ਆਊਟ ਕਰਨਾ ਚਾਹੁੰਦੇ ਨੇ ਜਿਹੜੀਆਂ 15000 ਤੋਂ ਜ਼ਿਆਦਾ ਸਾਡੀਆਂ ਵੀਡੀਓਜ਼ ਨੇ ਉੱਥੇ ਵੀ ਉਹਨਾਂ ਨੂੰ ਕੋਈ ਸ਼ੋ ਨਹੀਂ ਹੁੰਦਾ ਸੋ ਇਸੇ ਤਰ੍ਹਾਂ 6 ਫਾਰ ਜਸਟਿਸ ਵਾਲੋਂ ਔਰ ਦੂਸਰੇ ਜਿਹੜੇ ਪੰਥਕ ਵਿਚਾਰ ਵਾਲੇ ਵੀਰਪੈਣਾ ਨੇ ਉਹਨਾਂ ਵੱਲੋਂ ਵੀ ਜੋ ਕੁਝ ਕਿਹਾ ਜਾਂਦਾ ਹੈ ਉਥੇ ਫੌਰਨ ਉਹਦੇ ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ ਜੀ ਸੋ ਬਾਕੀ ਠੀਕ ਹੈ ਕਿ ਟੂਗੇਦਰਨੈਸ ਕਾਉਜ਼ ਦੀ এজেন্ডੇ ਦੀ ਇੱਕ ਪੋਜ਼ਿਟਿਵਿਟੀ ਹੈ ਲੇਕਿਨ ਮੈਂ ਸਮਝਦਾ ਹਾਂ ਵੀ ਹਰ ਕੋਈ ਆਪੋ ਆਪਣੇ ਸਰਕਮਸਟਾਂਸਸ ਦੇ ਵਿੱਚ ਆਪੋ ਆਪਣੇ ਦਾਇਰਾਕਾਰ ਚ ਵਿਚਰਦਾ ਹੈ ਕਿਤੇ ਨਾ ਕਿਤੇ ਕਲੈਸ਼ ਆਫ ਈਗੋਜ਼ ਵੀ ਹੁੰਦਾ ਹੈ ਇਸ ਗੱਲ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਪਰ ਐਜ਼ ਲੌਂਗ ਐਜ਼ ਸਾਡਾ ਮੈਸੇਜ ਕੌਮੀ ਕਰ ਖਾਲਿਸਤਾਨ ਕੌਮ ਦੀ ਹੋਣੀ ਸਿਰਜਣ ਦਾ ਹੈ ਔਰ ਅਸੀਂ ਜਿਹੜਾ ਏਜੰਡਾ ਆਰਐਸਐਸ ਭਾਰਤੀ ਹਕੂਮਤ ਔਰ ਉਹਨਾਂ ਦੇ ਹੋਰ ਜਿਹੜੇ ਟੌਂਟ ਪਟੌਂਟ ਨੇ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਇੱਕ ਜਾਲ ਵਿਛਿਆ ਹੋਇਆ ਜਦੋਂ ਤੱਕ ਅਸੀਂ ਉਹਨਾਂ ਦਾ ਮੂੰਹ ਭੰਨਦੇ ਰਹਾਂਗੇ ਅਸੀਂ ਕੋਈ ਰਾਹ ਦੇ ਪਾੰਦੇ ਹਾਂ ਔਰ ਅਸੀਂ ਕਲਰਾਈ ਹੀ ਨਹੀਂ ਟੀਵੀ 84 ਦਾ ਪਲੇਟਫਾਰਮ ਤਾਂ ਆਲਮੋਸਟ 10 ਸਾਲ ਪਹਿਲਾਂ ਸਾਨੂੰ ਮਿਲਿਆ ਲੇਕਿਨ ਇੱਥੇ ਮੈਂ ਪਿਛਲੇ ਲਗਭਗ 33-34 ਸਾਲ ਤੋਂ ਲਗਾਤਾਰਤਾ ਦੇ ਨਾਲ ਪੰਥਕਪੜ ਦੇ ਵਿੱਚ ਜਿਹੜਾ ਸੇਵਾ ਆਪਣੀ ਸਮਰਪਣ ਕੀਤੀ ਹੋਈ ਹੈ ਪਹਿਲੇ ਦਿਨ ਤੋਂ ਹੀ ਸਾਡੀ ਇਹ ਕੋਸ਼ਿਸ਼ ਰਹੀ ਕੋਈ ਵੀ ਐਸਾ ਇਹਨਾਂ 34 ਵਰਿਆਂ ਦੇ ਵਿੱਚ ਸਾਡੀ ਲਿਖਤ ਜਾਂ ਕੋਈ ਤਕਰੀਰ ਨਹੀਂ ਹੋਏਗੀ ਕਿ ਅਸੀਂ ਕਿਸੇ ਵੀ ਪੰਥ ਪ੍ਰਸਤ ਵੀਰ ਭੈਣ ਨੂੰ ਜਿਹੜਾ ਉਹ ਕੁਸ਼ ਮਾੜਾ ਕਿਹਾ ਹੋਏ ਜਾਂ ਹਾਲਾਂ ਅਸੀਂ ਸਾਰੇ ਪਾਸਿਓਂ ਤੀਰ ਖਾਦੇ ਨੇ ਅੱਜ ਵੀ ਤੀਰ ਵੱਜਦੇ ਨੇ ਲੇਕਿਨ ਮੈਂ ਇਹ ਮੰਨ ਕੇ ਤੁਰਦਾ ਹਾਂ ਕਿ ਅਲਟੀਮੇਟਲੀ ਜਿਹੜਾ ਆਨਸਰ ਹੁੰਦਾ ਉਹ ਕਿਸੇ ਲੀਕ ਨੂੰ ਮਟਾਉਣਾ ਨਹੀਂ ਹੁੰਦਾ ਉਸ ਲੀਕ ਦੇ ਨੇੜੇ ਲੰਮੀ ਲੀਕ ਖਿੱਚ ਦੇਣਾ ਹੁੰਦਾ ਔਰ ਉਹਦੇ ਚੀ ਆਪਣੇ ਆਪ ਟਾਈਮ ਹੀ ਆਨਸਰ ਹੁੰਦਾ ਹੈ ਹਰ ਚੀਜ਼ ਦਾ ਸੋ ਅਸੀਂ ਔਰ ਬਾਕੀ ਜਿੱਥੇ ਤੱਕ ਮਾਡਰਨ ਟੈਕਨੋਲੋਜੀ ਹੈ ਜਿਵੇਂ ਐਪ ਕ੍ਰੀਏਟ ਕਰਨਾ ਜਾਂ ਦੂਸਰਾ ਅਸੀਂ ਹੁਣ 올ਡ ਜਨਰੇਸ਼ਨ ਚ ਹੈ ਨਵੀਂ ਜਨਰੇਸ਼ਨ ਯੰਗਰ ਜਨਰੇਸ਼ਨ ਦੇ ਕੋਲ ਬਹੁਤ ਸਾਰੀਆਂ ਟੈਕਨੀਕਸ ਨੇ ਅਸੀਂ ਹਮੇਸ਼ਾ ਓਪਨ ਹੈ ਜੇ ਕੋਈ ਵੀ ਸਾਡਾ ਵੀਰ ਇਸ ਫੀਲਡ ਦਾ ਇਸ ਕਿਸਮ ਦੀ ਕੋਈ ਵੀ ਜਿਹੜੀ ਹੈ ਉਹ ਕ੍ਰिएशन ਕਰਦਾ ਹੈ ਔਰ ਉਹਦੇ ਚੋਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦਾ ਯਤਨ ਹੁੰਦਾ ਤੇ ਅਸੀਂ ਜਿਹੜਾ ਇਸ ਨੂੰ ਬਹੁਤ ਪੋਜ਼ਿਟਿਵ ਹੁੰਗਾਰਾ ਦੇਾਂਗੇ ਔਰ ਇਸ ਦੇ ਉੱਤੇ ਕਿਉਂਕਿ ਸਾਡਾ ਫੀਲਡ ਵੀ ਨਹੀਂ ਹੈ ਔਰ ਅਸੀਂ ਆਲਰੇਡੀ ਬੜੇ ਸੀਮਤ ਦਾਇਰੇ ਦੇ ਵਿੱਚ ਸੀਮਤ ਟੀਮ ਦੇ ਨਾਲ ਸੀਮਤ ਸਾਧਨਾਂ ਦੇ ਵਿੱਚ ਆਪਰੇਟ ਕਰ ਰਹੇ ਹਾਂ 10 ਸਾਲ ਇਸ ਪਲੇਟਫਾਰਮ ਨੂੰ ਖੜਾ ਰੱਖਣਾ ਤਾਂ ਹੀ ਸੰਭਵ ਹੋਇਆ ਜੇ ਵੀਰ ਸਿਮਰਨਦੀਪ ਸਿੰਘ ਵਰਗੇ ਜਿਹੜੇ ਹਮਦਰਦ ਨੇ ਪੰਥ ਨੂੰ ਪਿਆਰ ਕਰਦੇ ਨੇ ਸਿੱਖ ਕੌਮियत ਖਾਲਸਤਾਨ ਇਸ ਨੂੰ ਅਲਟੀਮੇਟ ਸੋਲੂਸ਼ਨ ਸਮਝਦੇ ਨੇ ਸਾਡੇ ਨਾਲ ਖਲੋਤੇ ਨੇ ਪਰ ਅਸੀਂ ਓਪਨ ਹੈ ਫਰ ਐਨੀ ਨਿਊ ਚੇਂਜ ਜੀ ਅ ਅੱਜ ਦਾ ਦਿਨ ਜੇ ਅਸੀਂ ਇਤਿਹਾਸ ਦੇ ਚਰੋਖੇ ਚੋਂ ਦੇਖੀਏ ਜਦੋਂ ਅਸੀਂ 2 ਸਾਲ ਇਸ ਪ੍ਰੋਗਰਾਮ ਨੂੰ ਇਸ ਲੀਡ ਉੱਤੇ ਵੀ ਕਿ ਅੱਜ ਦਾ ਦਿਨ ਸਿੱਖ ਹਿਸਟਰੀ ਦੇ ਵਿੱਚ অর ਵਰਲਡ ਹਿਸਟਰੀ ਵਿੱਚ ਹੁਣ ਮੇਰੀ ਇਚਾਨਾ ਹੈ ਆਉਣ ਵਾਲੇ ਅਸੀਂ ਸਮੇਂ 'ਚ ਕਿਸੇ ਵੇਲੇ ਵੀ ਇਸ ਨੂੰ ਸ਼ੁਰੂ ਕਰ ਸਕਦੇ ਕਿਉਂਕਿ ਅ ਵਿਸ਼ਾ ਕੋ ਪ੍ਰੋਗਰਾਮ ਇੱਕ ਜਾਣਕਾਰੀ ਭਰਪੂਰ ਹੋਣ ਕਰਕੇ ਬਹੁਤ ਸਾਰੇ ਦਰਸ਼ਕਾਂ ਵੱਲੋਂ ਪਸੰਦ ਵੀ ਕੀਤਾ ਜਾਂਦਾ ਸੀ ਤੇ ਮੇਰੇ ਲਈ ਵੀ ਉਹ ਕਈ ਵਾਰ ਤਾਂ ਉਹ ਪਾਵਕਤਾ ਦੇ ਪਲ ਵੀ ਬਣ ਜਾਂਦੇ ਸੀ ਕਿਉਂਕਿ ਜਦੋਂ ਤੁਸੀਂ ਇਹ ਠੀਕ ਹੈ ਕਿ ਜਿਹੜਾ ਬੀਤ ਗਿਆ ਜਿਵੇਂ ਅਕਸਰ ਇਹ ਦਰਿਆਈ ਪਾਣੀਆਂ ਬਾਰੇ ਕਿਹਾ ਜਾਂਦਾ ਹੈ ਕਿ ਭਾਈ ਜਿਹੜਾ ਪਾਣੀ ਪੁਲਾਂ ਦੇ ਥੱਲੋਂ ਦੀ ਲੰਘ ਗਿਆ ਉਹ ਕਦੇ ਵਾਪਸ ਨਹੀਂ ਆਉਂਦਾ ਹਾਲਾਂ ਦਰਿਆ ਵਗਦੇ ਰਹਿੰਦੇ ਨੇ ਪਾਣੀ ਆਉਂਦਾ ਰਹਿੰਦਾ ਪਰ ਜਿਹੜਾ ਇਹ ਪਾਣੀ ਇੱਕ ਵਾਰ ਜਿਹੜਾ ਪੁਲ ਦੇ ਥੱਲੇ ਆਇਆ ਉਹ ਜਾ ਕੇ ਸਮੁੰਦਰ 'ਚ ਮਿਲ ਗਿਆ ਔਰ ਵਾਪਸ ਕਦੇ ਨਹੀਂ ਆਇਆ ਇਵੇਂ ਹੀ ਜਿਹੜਾ ਬੀਤੇ ਦਾ ਪਾਰਟ ਹੁੰਦਾ ਹੈ ਜਿਸ ਨੂੰ ਅਸੀਂ ਭੂਤਕਾਲ ਕਹਿੰਦੇ ਆ ਮਾਜ਼ੀ ਕਿਹਾ ਜਾਂਦਾ ਹੈ ਉਸ ਦੇ ਉੱਤੇ ਸਾਡਾ ਕੰਟਰੋਲ ਨਹੀਂ ਹੁੰਦਾ ਪਰ ਅਸੀਂ ਉਹਨਾਂ ਪਲਾਂ ਨੂੰ ਜੇ ਕੋਈ ਖੁਸ਼ੀ ਦੀਆਂ ਘੜੀਆਂ ਨੇ ਤੇ ਅਸੀਂ ਉਹਨਾਂ ਨੂੰ ਮਹਿਸੂਸ ਕਰਦੇ ਆ ਇਹ ਇਵੇਂ ਹੁੰਦਾ ਹੈ ਫਿਰ ਉਹ ਜਿਹੜੀ ਟਾਈਮ ਦਾ ਵਿੱਚ ਬੈਰੀਅਰ ਆ ਕੱਟ ਜਾਂਦਾ ਔਰ ਤੁਸੀਂ ਉਸ ਤੇ ਚਲੇ ਜਾਂਦੇ ਹੋ ਰੋਹਾਨੀਅਤ ਦੀ ਦੁਨੀਆ 'ਚ ਜਦੋਂ ਖਾਸ ਤੌਰ ਤੇ ਮੈਂ ਭਾਈ ਵੀਰ ਸਿੰਘ ਜਾਂ ਪ੍ਰੋਫੈਸਰ ਪੂਰਨ ਸਿੰਘ ਜਾਜ ਦੇ ਪੀਰੀਅਡ ਚ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਜਿਹੜੇ ਚੜ੍ਹਾਈ ਕਰ ਚੁੱਕੇ ਨੇ ਉਹਨਾਂ ਦੀਆਂ ਲਿਖਤਾਂ ਦੇਖਦਾ ਔਰ ਕਈ ਵਾਰ ਤੁਸੀਂ ਇਤਿਹਾਸ ਤਾਂ ਇੱਕ ਜਿਹਨੂੰ ਕਿਸੇ ਨੇ ਕਿਹਾ ਸੀ ਕਿ ਵੀ ਉਹ ਇੱਕ ਡੈਡ ਡਾਟਾ ਦਾ ਕੈਰੀਕਚਰ ਹੈ ਨਾ ਕਿ ਵੀ ਉਹ ਜਵੇਂ ਤੁਸੀਂ ਮੁਰਦੇ ਰੱਖਿਆ ਹੁੰਦੇ ਨੇ ਉਹਨਾਂ ਨੂੰ ਤੁਸੀਂ ਗਿਣਦੇ ਹੋ ਤੇ ਉਹਦਾ ਹਿੱਸਾ ਹੁੰਦਾ ਜੇ ਤੁਸੀਂ ਸਿਰਫ ਅੰਕੜਿਆਂ ਦੇ ਉੱਤੇ ਗੱਲ ਕਰੋ ਜਿਹਨੂੰ ਅੱਜ ਡਾਟਾ ਲਫ਼ਜ਼ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਪਰ ਜਦੋਂ ਤੁਸੀਂ ਕਿਸੇ ਥਾਂ ਦੇ ਰੋਹਾਨੀ ਪਲਾਂ ਨੂੰ ਜਾਂ ਜਿਹੜਾ ਤੁਹਾਡੇ ਇਤਿਹਾਸ ਦੇ ਪੰਨਿਆਂ ਤੇ ਜਾਂ ਕਿਸੇ ਦੇ ਵੀ ਲਿਖਤਾਂ ਦੇ ਵਿੱਚ ਨਹੀਂ ਹੁੰਦਾ ਉਹਨੂੰ ਜਿਹੜੇ ਰੋਹਾਨੀ ਤੌਰ ਦੇ ਉੱਤੇ ਰੱਬ ਨਾਲ ਜੁੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਜਾਂ ਉਸ ਪਿਆਰ ਦੇ ਵਿੱਚ ਸਰਸਾਰ ਹੁੰਦੀਆਂ ਨੇ ਉਹ ਸੁਰਤ ਦੇ ਖੰਭਾਂ ਤੇ ਉਸ ਬੀਤੇ ਦੇ ਵਿੱਚ ਚਲੇ ਜਾਂਦੇ ਨੇ ਔਰ ਕੁਝ ਉਹਨਾਂ ਪਲਾਂ ਨੂੰ ਇਵੇਂ ਮਹਿਸੂਸ ਕਰਦੇ ਨੇ ਅਨੁਭਵ ਕਰਦੇ ਨੇ ਔਰ ਉਹਨੂੰ ਫੇਰ ਜਿਹੜਾ ਉਹ ਪੇਪਰ ਦੇ ਉੱਤੇ ਉਤਾਰਦੇ ਨੇ ਉਹ ਨਜ਼ਮ ਲਿਖ ਕੇ ਉਤਾਰਨ ਉਹ ਲਿਖਤ ਦੇ ਨਾਲ ਉਤਾਰਨ ਉਹਨਾਂ ਦੇ ਕੋਲ ਬੇਸ਼ੱਕ ਹਿਸਟੋਰੀయన్స్ ਜਦੋਂ ਉਹਨੂੰ ਦੇਖਣਗੇ ਤੇ ਉਹ ਕਹਿਣਗੇ ਜੀ ਇਹਦੇ ਸਬੂਤ ਕੀ ਨੇ ਕਿਉਂਕਿ ਉਹਨਾਂ ਲਈ ਸਬੂਤ ਤਾਂ ਇਹੀ ਹੈ ਕਿ ਉਸ ਵੇਲੇ ਦੇ ਕਿਸੇ ਦਰਬਾਰੀ ਇਤਿਹਾਸਕਾਰ ਨੇ ਲਿਖਿਆ ਜਾਂ ਕਿਸੇ ਹੋਰ ਨੇ ਲਿਖਿਆ ਜਿਹੜੇ ਆਲਮੋਸਟ ਬਹੁਤ ਵਾਰ ਉਸ ਖਿੱਤੇ ਦੇ ਵਿੱਚ ਲਖਣ ਦੀਆਂ ਰੁਚੀਆਂ ਵੀ ਨਹੀਂ ਸੀ ਤੇ ਜਿਨ੍ਹਾਂ ਨੇ ਲਿਖਿਆ ਉਹਨਾਂ ਨੇ ਬਾਏ ਸਟੋਕ ਕੇ ਲਿਖਿਆ ਜੀ ਔਰ ਲੇਕਿਨ ਜਦੋਂ ਤੁਸੀਂ ਰੋਹਾਨੀਅਤ ਜੇ ਦੇਖਦੇ ਹੋ ਫਿਰ ਇਹ ਡਾਟਾ ਮੈਟਰ ਨਹੀਂ ਕਰਦਾ ਉਹ ਅਨੁਭਵ ਮੈਟਰ ਕਰਦਾ ਹੈ ਉਹ ਐਕਸਪੀਰੀਅੰਸ ਮੈਟਰ ਕਰਦਾ ਹੈ ਜਿਹਨੂੰ ਜਿਸ ਨੇ ਮਹਿਸੂਸ ਕੀਤਾ ਔਰ ਉਸ ਨੇ ਉਸ ਨੂੰ ਜਿਹੜਾ ਉਹ ਪੇਪਰ ਦੇ ਉੱਤੇ ਜਾਂ ਈਵਨ ਜਿਹੜੇ ਚਤਰਕਾਰ ਨੇ ਉਹਨਾਂ ਨੇ ਕੈਨਵਸ ਦੇ ਉੱਤੇ ਉਤਾਰਿਆ ਹੁਣ ਜਿਵੇਂ ਅਸੀਂ ਬਹੁਤ ਵਾਰ ਗੁਰੂ ਸਾਹਿਬਾਨ ਜਦੋਂ ਹੋਏ ਨੇ ਜਾਂ 18ਵੀਂ ਸਦੀ ਤੱਕ ਤਾਂ ਕੋਈ ਉਸ ਕਿਸਮ ਦਾ ਕੈਮਰੇ ਨਹੀਂ ਸੀ ਤਸਵੀਰਾਂ ਨਹੀਂ ਸੀ ਲੇਕਿਨ ਹੁਣ ਤੁਸੀਂ ਉਹੀ ਦੇਖੋਗੇ ਕਿ ਉਹ ਜਿਹੜੇ ਹਰ ਮਜ਼ਹਬ ਵਾਲੇ ਜਾਂ ਹਰ ਕੋਈ ਵੀ ਨੇ ਜਦੋਂ ਪੁਰਾਤਨ ਉਹਨਾਂ ਨੂੰ ਆਇਲ ਪੇਂਟਿੰਗਸ ਬਣਾਉਂਦੇ ਨੇ ਜਾਂ ਕੁਝ ਹੋਰ ਬਣਾਉਂਦੇ ਉਹਨਾਂ ਦੀ ਕਲਪਨਾ ਹੁੰਦੀ ਹੈ ਕੁਝ ਉਹਨਾਂ ਨੇ ਪੜਿਆ ਹੁੰਦਾ ਕੁਝ ਅਨੁਭਵ ਹੁੰਦਾ ਇਸ ਲਈ ਉਹਨਾਂ ਨੂੰ ਅਸੀਂ ਇਹ ਤਾਂ ਕਹਿ ਸਕਦੇ ਹਾਂ ਜੀ ਉਹਨਾਂ ਦੀ ਕਿ ਇਮੇਜਿਨੇਸ਼ਨ ਹੈ ਪਰ ਉਹ ਇਮੇਜ ਕੋਈ ਗੁਰੂ ਸਾਹਿਬਾਨ ਨੂੰ ਰਿਪਰੈਜ਼ੈਂਟ ਨਹੀਂ ਕਰਦਾ ਇਸ ਲਈ ਤੁਸੀਂ ਅਡਰ ਰੂਪਾਂ 'ਚ ਦੇਖਦੇ ਹੋ ਇਸੇ ਤਰ੍ਹਾਂ ਅਨੁਭਵ ਦੀ ਦੁਨੀਆ ਤੋ ਇੱਕ ਤਾਂ ਰੋਹਾਨੀਅਤ ਦੇ ਉਹ ਪਲ ਜਦੋਂ ਅੱਜ ਅਸੀਂ ਕੌਮ ਦੇ ਵਿੱਚ ਡੀ ਜਨਰੇਸ਼ਨ ਦੇਖਦੇ ਆਂ ਜਾਂ ਜੋਕੀ ਜਨਰੇਸ਼ਨ ਜਿਹੜੀ ਆਪਣੇ ਵਿਰਸੇ ਨਾਲੋਂ ਇੱਕ ਹਿੱਸਾ ਉਹਦਾ ਟੁੱਟਿਆ ਹੋਇਆ ਹੈ ਗਵਾਚਿਆ ਹੋਇਆ ਤੇ ਫਿਰ ਅਸੀਂ ਉਹਨਾਂ ਪਲਾਂ ਨੂੰ ਯਾਦ ਕਰਦੇ ਆਂ ਕਿ ਭਾਈ ਉਹ ਕਿਉਂ ਜ ਆਨੰਦਪੁਰ ਸਾਹਿਬ ਦਾ ਗੁਰੂ ਦਾ ਦਰਬਾਰ ਹੋਏਗਾ ਉਹ ਕਿਉਂ ਜ ਸਾਡਾ 18ਵੀਂ ਸਦੀ ਦਾ ਜਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਤੇ ਅੱਜ ਜਿਸ ਦਿਨ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਜਿਹੜਾ 29 ਮਾਰਚ 1899 ਦਾ ਦਿਨ 1849 ਜਿਹੜਾ ਅਖੀਰਲਾ ਦਿਨ ਸੀ ਖਾਲਸਾ ਰਾਜ ਦਾ ਉਹ ਖਾਲਸਾ ਰਾਜ ਜਿਹਨੂੰ ਬਣਾਉਣ ਦੇ ਲਈ ਆਲਮੋਸਟ 100 ਸਾਲ 1699 ਤੋਂ 1799 ਤੱਕ ਸਿੱਖ ਕੌਮ ਨੇ ਤਿੰਨ ਚਾਰ ਜਨਰੇਸ਼ਨਾਂ ਜਿਨ੍ਹਾਂ ਚ ਜਿਨ੍ਹਾਂ ਨੇ ਘੱਲੂਕਾਰੇ ਫੇਸ ਕੀਤੇ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪਏ 1699 ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਔਰ ਦਿਲਚਸਪ ਗੱਲ ਇਹ ਹੈ ਬਹੁਤ ਵਾਰ ਅਸੀਂ ਜਦੋਂ ਡੇਟਾ ਦੇ ਚੱਕਰ ਚ ਦੇਖਦੇ ਹਾਂ ਅੱਜ 29 ਮਾਰਚ ਦਾ ਉਹ ਦਿਨ ਵੀ ਹੈ ਬਿਸ਼ੱਕ ਖਾਲਸਾ ਸਾਜਨਾ ਦਿਵਸ 14 April ਜਿਹੜਾ ਉਹ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਸਥਾਪਿਤ ਕੀਤਾ ਗਿਆ ਇੱਕ ਜ਼ਮਾਨਾ ਸੀ 13 April ਕਦੇ 12 April ਬਿਕਰਮੀ ਕੈਲੰਡਰ ਦੇ ਵਿੱਚ ਰਿਵੋਲਵ ਅਰਾਊਂਡ ਹੁੰਦਾ ਸੀ ਜੀ ਇਹ ਜਦੋਂ ਇਹਨਾਂ ਨੇ ਗ੍ਰੈਗੋਰੀਅਨ ਕੈਲੰਡਰ ਲਿਆਂਦਾ ਉਦੋਂ 13 14 ਦਿਨ ਅੱਗੇ ਪਿੱਛੇ ਕੀਤੇ ਗਏ ਜੇ originally ਦੇਖਣਾ ਹੋਏ ਤੇ ਜਿਸ ਦਿਨ ਖਾਲਸਾ ਪੰਥ ਦੀ ਸਾਜਨਾ ਹੁੰਦੀ ਆ ਅਨੰਦਪੁਰ ਸਾਹਿਬ 'ਚ 1699 ਦੇ ਵਿੱਚ ਉਹ 29 ਮਾਰਚ ਦਾ ਦਿਨ ਸੀ ਕਿਉਂਕਿ ਉਦੋਂ ਅਜੇ ਬ੍ਰਿਟਿਸ਼ ਕੈਲੰਡਰ ਤਾਂ ਹੈ ਨਹੀਂ ਸੀ ਜਾਂ ਬਿਕਰਮੀ ਕੈਲੰਡਰ ਸੀ ਜਾਂ ਹਿਜਰੀ ਕੈਲੰਡਰ ਸੀ ਪਰ ਕਿਉਂਕਿ ਵਕਤ ਦੇ ਨਾਲ ਜਿਹੜਾ ਅੰਗਰੇਜ਼ੀ ਕੈਲੰਡਰ ਦੇ ਨਾਲ ਡੇਟਾ ਦਾ ਤਾਲਮੇਲ ਬਿਠਾਇਆ ਗਿਆ ਹੈ ਇਸ ਲਈ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਸੋ ਜਦੋਂ ਤੁਸੀਂ ਕੁਝ ਹਿਸਟੋਰੀਕਲ ਸੋਰਸਸ ਨੂੰ ਦੇਖੋਗੇ origignal date ਦੇ ਲਈ ਤੇ ਉਹ 29 ਮਾਰਚ 1699 ਦਾ ਦਿਨ ਸੀ ਜਿਸ ਦਿਨ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਔਰ ਅਸੀਂ ਜਦੋਂ ਅੱਜ ਇਹ ਗੱਲ ਕਰ ਰਹੇ ਹਾਂ ਅੱਜ ਅਸੀਂ ਉਸ ਦਿਨ ਦੀ ਗੱਲ ਤਾਂ ਨਹੀਂ ਕਰਾਂਗੇ ਕਿਉਂਕਿ ਉਹ ਖਾਲਸਾ ਸਾਜਨਾ ਦਿਵਸ ਆ ਰਿਹਾ ਹੈ April ਦੇ ਮਹੀਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੀ ਹੈ ਉਹ ਸਿਕਡੇ ਪੈਰੇਡਸ ਨੇ ਜਿਵੇਂ ਸਾਡੇ ਐਡ ਵੀ ਚੱਲਦੀ ਹੈ 9 ਅਪ੍ਰੈਲ ਨੂੰ واਸ਼ਿੰਗਟਨ ਡੀਸੀ ਕੈਪੀਟਲ ਹਿੱਲ ਤੇ ਫਰੀडम मार्च ਹੈ ਫਿਰ 17 ਅਪ੍ਰੈਲ ਨੂੰ ਜਿਹੜਾ ਅਮਰੀਕਾ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੈ ਲਗਭਗ 107-8 ਸਾਲ ਪਹਿਲਾਂ ਬਣਿਆ ਪੈਸੀਫਿਕ ਕੋਸਟ ਖਾਲਸਾ ਦਿਵਾਨ ਸੁਸਾਇਟੀ ਸਟਾਕਟਨ ਉਹਨਾਂ ਦੀ 17 ਤਰੀਕ ਦਾ ਨਗਰ ਕੀਰਤਨ ਹੈ ਪੈਰੇਡ ਹੈ ਉਹਦੇ ਚ ਵੀ ਅਸੀਂ ਪਾਰਟਿਸਿਪੇਟ ਕਰਾਂਗੇ ਔਰ ਫਿਰ ਜਿਹੜਾ 23 ਤਰੀਕ ਨੂੰ ਸੈਚਰਡੇ ਨਿਊਯਾਰਕ ਸਿਕਡੇ ਪੈਰੇਡ ਹੈ ਉਹਦੇ ਚ ਵੀ ਅਸੀਂ ਪਾਰਟਿਸਿਪੇਟ ਕਰਾਂਗੇ ਸੋ ਉਹ ਜਿਹੜਾ ਸਾਰਾ ਅਪ੍ਰੈਲ ਦਾ ਮਹੀਨਾ ਦਾ ਤੁਸੀਂ ਉਹੀ ਅਨੰਦਪੁਰ ਸਾਹਿਬ ਦੀ ਧਰਤੀ ਦੀਆਂ ਉਹਨਾਂ ਵਾਈਬਸ ਨੂੰ ਮਹਿਸੂਸ ਕਰਦੇ ਹੋ ਉਸ ਰੰਗਲੇ ਪ੍ਰੀਤਮ ਦੇ ਰੰਗਦੇ ਦੇਸ਼ ਵਿੱਚ ਜੋ ਖੁਸ਼ ਹੋ ਰਿਹਾ ਔਰ ਜਿਵੇਂ ਉੱਥੇ ਸਤਲੁਜ ਦੇ ਕੰਡੇ ਕਿਉ ਜੇ ਕੋਤਕ ਕਿਉ ਜੀਆਂ ਕਰਾਮਾਤਾਂ ਵਪਰਾਈਆਂ ਗੁਰੂ ਨੇ ਉਹਨਾਂ ਦਾ ਅਸੀਂ ਜ਼ਿਕਰ ਕਰਾਂਗੇ ਪਰ ਅੱਜ ਅਸੀਂ ਉਸ ਉਦਾਸ ਦਿਨ ਦਾ ਜ਼ਿਕਰ ਕਰਾਂਗੇ ਜਿਸ ਦਿਨ ਲਾਹੌਰ ਦਾ ਉਹ ਤਖਤ ਉਹ 1.5 ਲੱਖ ਮਰਬਾ ਮੀਲ ਤੋਂ ਜ਼ਿਆਦਾ ਦੀ ਸਲਤਨਤ ਜਿਸ ਨੂੰ ਸਿੱਖਾਂ ਨੇ ਜਿਸ ਨੂੰ ਵੈਲੀ ਆਫ ਡੈਥ ਅਸੀਂ ਕਹਿੰਦੇ ਹਾਂ ਜਾਂ ਤੁਸੀਂ ਘੱਲੂਕਾਰਾ ਕਹਿੰਦੇ ਆ ਉਸ ਚੋਂ ਗੁਜ਼ਰ ਕੇ ਕਿਵੇਂ ਵੱਡੀਆਂ ਤਿੰਨ ਤਾਕਤਾਂ ਉਸ ਖਿੱਤੇ ਦੀਆਂ ਜਿਨ੍ਹਾਂ ਦੇ ਨਾਲ ਖਾਲਸੇ ਨੇ ਲੋਹਾ ਲਿਆ ਦਿੱਲੀ ਦਰਬਾਰ ਦੇ ਉੱਤੇ ਮੁਗਲ ਸਲਤਨਤ ਸੀ ਜਿਹੜੀ ਬਾਬਰ ਦੇ ਨਾਲ ਸਟੈਬਲਿਸ਼ ਹੋਈ ਫਿਰ ਅਸੀਂ ਦਰਾ ਖੈਬਰ ਪਾਰ ਤੋਂ ਬਿਸ਼ੱਕ ਨਾਦਰ ਸ਼ਾਹ ਪਹਿਲਾਂ ਈਰਾਨ ਤੋਂ ਆਏ 1739 ਚ ਤੇ ਅਹਿਮਦ ਸ਼ਾਹ ਬਦਾਲੀ ਜਿਹੜੇ ਪਹਿਲੀ ਵਾਰ ਨਾਦਰ ਸ਼ਾਹ ਦੇ ਨਾਲ ਆਇਆ ਸੀ ਬਾਅਦ ਦੇ ਵਿੱਚ 17 ਵਾਰ ਆਇਆ ਔਰ ਉਹਨਾਂ ਦੇ ਨਾਲ ਟੱਕਰ ਵੱਡਾ ਕਲੂਕਾਰਾ ਅਬਦਾਲੀ ਦੀਆਂ ਫੌਜਾਂ ਵੱਲੋਂ ਵਰਤਾਇਆ ਜਾਂਦਾ ਔਰ ਫਿਰ ਸਾਊਥ ਚੋਂ ਮਰਾਠੇ ਜਿਹੜੇ ਆਲ ਦਾ ਵੇ ਦਿੱਲੀ ਤੱਕ ਦੇ ਉੱਤੇ ਕਾਬਜ਼ ਹੋਣ ਤੋਂ ਬਾਅਦ ਲਾਹੌਰ ਔਰ ਰੋਤਾਸ ਤੱਕ ਪਹੁੰਚੇ ਉਹਨਾਂ ਦੇ ਨਾਲ ਵੀ ਟੱਕਰ ਸੋ ਇਹ ਮਕਸਦ ਔਰ ਇਹ ਪੰਜਾਬ ਦੀ ਧਰਤੀ ਦੀ ਗੱਲ ਜਦੋਂ ਅਸੀਂ ਕਰਦੇ ਆਂ ਬੇਸ਼ੱਕ ਉਸ ਨੂੰ ਅਸੀਂ ਸਿੱਖ ਰਾਜ ਦਾ ਅਫੀਸ਼ੀਅਲ ਨਾਂ ਸਰਕਾਰੇ ਖਾਲਸਾ ਜੀਓਸੀ ਪਰ ਇਹਨੂੰ ਲਾਹੌਰ ਦਰਬਾਰ ਔਰ ਇਸ ਨੂੰ ਜੇ ਤੁਸੀਂ ਦੇਖੋ ਕਿਉਂਕਿ ਜਿੱਥੇ ਪੰਜ ਦਰਿਆਵਾਂ ਦੀ ਧਰਤੀ ਦੀ ਉਸ ਰਾਜਕਾਜ ਵਾਲੀ ਸ਼ੈਲੀ ਜਿਹੜੀ ਸੀ ਉਹ ਹਿੰਦੂ ਸਿੱਖ ਮੁਸਲਮਾਨ ਔਰ ਕਿਉਂਕਿ ਯੂਰਪ ਚੋਂ 50 ਤੋਂ ਜ਼ਿਆਦਾ ਆਫਿਸਰਸ ਫ੍ਰੈਂਚ ਇਟਾਲੀਅਨ ਰਸ਼ੀਅਨ ਯੂਰੋਪੀਅਨ ਸੋ ਅਸੀਂ ਕਲਾ ਹਿੰਦੂ ਸਿੱਖ ਮੁਸਲਮਾਨ ਇਵਨ ਇਸਾਈ ਵੀ ਕਿਉਂਕਿ ਸਾਰੇ ਇਸਾਈਅਤ ਦੇ ਵਿੱਚ ਯਕੀਨ ਰੱਖਣ ਵਾਲੇ ਸੀ ਜੀ ਉਹਨਾਂ ਦਾ ਉਸ ਕਿਸਮ ਦਾ ਇੱਕ ਸਾਂਝਾ ਰਾਜ ਸੀ ਜਿਸ ਨੂੰ ਜਦੋਂ ਅਸੀਂ ਪਿਛਲੇ ਕੁਝ ਸਮਾਂ ਪਹਿਲਾਂ ਬੀਬੀਸੀ ਨੇ ਦੁਨੀਆਂ ਚ ਪਿਛਲੀਆਂ 5 ਸਦੀਆਂ ਦੇ ਜਿਹੜੇ ਆੜਾ ਡਰਾਜ ਪ੍ਰਬੰਧ ਔਰ ਦੂਸਰੇ ਨੇ ਉਹਨਾਂ ਦੇ ਉੱਤੇ ਹਿਸਟੋਰੀయన్స్ ਦੇ ਵਿਊ ਪੁਆਇੰਟ ਲੈਰ ਦੂਜੇ ਤੇ ਉਸ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਹਾਲਾਂ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਉਹ ਹਿਆਤੀ ਚ ਰਹੇ 16 1799 ਦੇ ਵਿੱਚ 19 ਸਾਲ ਦੀ ਉਮਰ ਚ ਉਹ ਲਾਹੌਰ ਦੀ ਤਖਤ ਦੇ ਉੱਤੇ ਜਿਹੜੇ ਨੇ ਉਹ ਬੈਠਦੇ ਨੇ ਹਾਲਾਂ ਉਸ ਤੋਂ ਪਹਿਲਾਂ ਤਿੰਨ ਜਨਰੇਸ਼ਨਾਂ ਉਹਨਾਂ ਦੀਆਂ ਉਹਨਾਂ ਦੇ ਦਾਦਾ ਚੜਤ ਸਿੰਘ ਜਿਨ੍ਹਾਂ ਨੇ ਸ਼ੁਕਰ ਚੱਕੀਆ ਮਿਸਲ ਜਿਸ ਦਾ ਹੈੱਡਕੁਆਰਟਰ ਗੁਜਰਾਵਾਲਾ ਸੀ ਉਸ ਨੂੰ ਇਸਟੈਬਲਿਸ਼ ਕੀਤਾ ਫਿਰ ਉਹਨਾਂ ਦੇ ਪਿਤਾ ਮਹਾ ਸਿੰਘ ਜਿਹੜੇ ਜ਼ਾਰ ਐ ਮਿਸਲ ਦੇ ਸਰਦਾਰ ਸਨ ਪਰ ਮਰਜ਼ਾ ਰਣਜੀਤ ਸਿੰਘ ਜਿਹੜਾ ਯੰਗ 19 ਸਾਲਾਂ ਦਾ 12 13 ਸਾਲ ਦੀ ਉਮਰ 'ਚ ਉਹਨਾਂ ਦੇ ਪਿਤਾ ਚੜ੍ਹਾਈ ਕਰ ਜਾਂਦੇ ਨੇ ਸ਼ੁਕਰ ਚੱਕੀਆਂ ਮਿਸਲ ਦੇ ਮੁਖੀ ਬਣਦੇ ਨੇ ਔਰ 19 ਸਾਲ ਦੀ ਉਮਰ 'ਚ ਆ ਕੇ ਜਿਹੜਾ ਉਹ ਲਾਹੌਰ ਜਿਹੜਾ ਕਿ ਮੁਸਲਮਾਨ ਮੈਜੋਰਿਟੀ ਸਿਟੀ ਸੀ ਔਰ ਇਹ ਵੀ ਇੱਕ ਜਦੋਂ ਅਸੀਂ ਜਸਟਿਸ ਦੀ ਗੱਲ ਕਰਦੇ ਹਾਂ ਕਿ ਆਲਰੇਡੀ ਸ਼ੁਕਰ ਚੱਕੀਆ ਮਿਸਲ ਦੇ ਵਿੱਚ ਰਣਜੀਤ ਸਿੰਘ ਉਹ ਰਾਣੇ ਆਪਣੀ ਉਹ ਥਾਂ ਬਣਾ ਲਈ ਸੀ ਕਿ ਉਹਨਾਂ ਨੂੰ ਲਾਹੌਰ ਦੇ ਮੁਸਲਮਾਨ ਹਿੰਦੂ ਸਿੱਖਾਂ ਨੇ ਸਾਂਝੇ ਤੌਰ ਦੇ ਉੱਤੇ ਚਿੱਠੀ ਲਿਖ ਕੇ ਇਨਵਾਈਟ ਕੀਤਾ ਸੀ ਕਿ ਤੁਸੀਂ ਆ ਕੇ ਇਸ ਸ਼ਹਿਰ ਤੇ ਜਿਹੜਾ ਉਹ ਕਾਬਜ਼ ਹੋ। ਸੋ ਜ਼ਾਰ ਹੈ 40 ਸਾਲ ਦਾ ਰਾਜ ਜਿਸ ਦੀ ਸਭ ਤੋਂ ਵੱਡੀ ਟ੍ਰਿਬਿਊਟ ਸ਼ਾਹ ਮੁਹੰਮਦ ਜਿਨ੍ਹਾਂ ਦਾ ਜੰਗਨਾਮ ਜਿਹੜਾ ਜੰਗ ਹਿੰਦ ਪੰਜਾਬ ਹੈ ਪਰ ਪਪੂਲਰਲੀ ਉਹਨੂੰ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਜਾਂਦਾ ਹੈ ਤੇ ਜਦੋਂ ਉਹਨਾਂ ਨੇ ਕਿਹਾ ਕਿ ਵੀ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ ਹੁਣ ਇਹ ਆਪਣੇ ਆਪ ਚ ਇੱਕ ਇਹ ਲੰਬੀ ਉਹਨਾਂ ਦਾ ਜੰਗਨਾਮਾ ਦੀ ਨਜ਼ਮ ਹੈ ਹੁਣ ਉਹ ਉਹਨਾਂ ਨੂੰ ਮਹਾਬਲੀ ਕਹਿੰਦੇ ਨੇ ਕਿ ਜ਼ੋਰ ਦੇ ਉੱਤੇ ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ ਪੰਜਾਬ ਦੀ ਧਰਤੀ ਦੇ ਉੱਤੇ ਤਬਦੀਲੀ ਸੀ ਕਾਮਨ ਲੋਕਾਂ ਦੇ ਹੱਥ ਦੇ ਵਿੱਚ ਤਾਕਤ ਆਣਾ ਜਦੋਂ ਅਸੀਂ ਸਾਮਰਾਜਾਂ ਦੀ ਗੱਲ ਕਰਦੇ ਤਾਂ ਉਹ ਸਲਤਨਤਾਂ ਖਾਨਦਾਨ ਉਹਨਾਂ ਦੇ ਨਾਲ ਜੁੜੇ ਹੋਏ ਜਿਨ੍ਹਾਂ ਨੇ ਜੇ ਚੰਗੇਜ਼ ਖਾਨ ਦਾ ਚੱਲਿਆ ਤੇ ਉਹਨਾਂ ਦਾ ਜੇ ਮੁਗਲਾਂ ਦੀ ਡਾਇਨੇਸਟੀ ਉਹਨਾਂ ਦੀ ਪਰ ਇੱਥੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਇੱਕ ਕਾਮਨਰ 1710 ਦੇ ਵਿੱਚ ਆਪਣਾ ਪਹਿਲਾ ਜੋ ਪੰਜਾਬ ਦੇ ਵਿੱਚ ਤਾਵਾ ਕਰਦੇ ਨੇ ਔਰ 800 ਸਾਲ ਬਾਅਦ ਉਸ ertidah ਖਮੀਰ ਬਦਲਦਾ ਹੈ ਪਹਿਲਾ ਸਿੱਖ ਰਾਜ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਜਿਹੜੀ ਜਿਹੜਾ ਪਹਿਲਾ ਖਾਲਸਾਈ ਪਰਚਮ ਝੁਲਦਾ ਹੈ ਤੇ ਪਹਿਲਾ ਸਰਕਾਰੀ ਆਰਡਰ ਜਿਹੜਾ ਕੀਤਾ ਜਾਂਦਾ ਉਹ ਇਹ ਹੈ ਕਿ ਜ਼ਮੀਨ ਵੋਣ ਵਾਲਾ ਜ਼ਮੀਨ ਦਾ ਮਾਲਕ ਹੈ ਟਿੱਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ ਔਰ ਇਹਦੇ ਵਿੱਚ ਕੋਈ ਮਜ਼ਹਬ ਦਾ ਐਂਗਲ ਵੀ ਨਹੀਂ ਸੀ ਇਹ ਇੱਕ ਉਹ ਰੈਵੋਲੂਸ਼ਨ ਜਿਸ ਦੀ ਬਿਗਨਿੰਗ ਸੀ ਔਰ ਇਹੀ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਿੱਖ ਮਿਸਲਾਂ ਦੀ ਗੱਲ 12 ਮਿਸਲਾਂ ਕਿਵੇਂ ਉਹ ਵੀ ਕਾਮਨਰ ਸਧਾਰਨ ਖੇਤੀਬਾੜੀ ਕਰਨ ਵਾਲੇ ਵਾਹੀ ਕਰਨ ਵਾਲੇ ਕਿਰਤ ਕਰਨ ਵਾਲੇ ਕੋਈ ਹੋਰ ਤਰਖਾਣਾ ਕੰਮ ਕਰਨ ਵਾਲੇ ਸਾਰੇ ਮਿਹਨਤ ਮਿਹਨਤ ਕਸ਼ ਉਹਨਾਂ ਦੇ ਕੋਲ ਰਾਜ ਤੱਕ ਸ਼ਕਤੀ ਆਂਦੀ ਹੈ ਔਰ ਹੁਣ ਉਹੀ ਜੇ ਅਸੀਂ ਪੰਜਾਬ ਦੇ ਸਾਈਂ ਬਾਬਾ ਬੁੱਲੇ ਸ਼ਾਹ ਦੇ ਲਫ਼ਜ਼ਾਂ ਦੇ ਵਿੱਚ ਇਸ ਤਬਦੀਲੀ ਨੂੰ ਬਿਆਨਣਾ ਹੋਏ ਤੇ ਇੱਕ ਪਾਸੇ ਉਸ ਧਰਤੀ ਦਾ ਹਾਲ ਇਹ ਸੀ ਜਿਸ ਨੂੰ ਬੁੱਲੇ ਸ਼ਾਹ ਨੇ ਕਿਹਾ ਖਾਦਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹਦ ਕਿ ਭਾਈ ਜੋ ਮਰਜ਼ੀ ਖਾ ਪੀ ਲੋ ਜਿੰਨਾ ਕਾ ਬਾਕੀ ਤਾਂ ਲੈ ਹੀ ਜਾਣਾ ਰੁੱਟ ਕੇ ਐਵੇਂ ਉਹ ਰੁੱਟ ਹੁਣ ਉਹੀ ਬਾਬਾ ਬੁੱਲੇ ਸ਼ਾ ਜਦੋਂ ਤਬਦੀਲੀ ਉਸ ਧਰਤੀ ਤੇ ਹੁੰਦੀ ਹੈ ਤੇ ਉਹ ਕਹਿੰਦੇ ਨੇ ਕਿ ਪੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ ਹੁਣ ਇਹ ਇੱਕ ਤਬਦੀਲੀ ਹੈ ਕਿ ਜਿੱਥੇ ਸਧਾਰਨ ਪੂਰਿਆਂ ਦੀ ਬੁੱਕਲ ਮਾਰਨ ਵਾਲੇ ਜਿਹੜੇ ਨੇ ਜਿਨ੍ਹਾਂ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਆਪਣੇ ਘਰ ਬਣਾਇਆ ਉਹ ਰਾਜ ਭਾਗ ਦੇ ਮਾਲਕ ਬਣਦੇ ਨੇ ਔਰ ਜਿਹੜੇ ਵੱਡੇ ਵੱਡੇ ਰਾਠ ਵੱਡੇ ਵੱਡੇ ਠਾਕੁਰ ਵੱਡੇ ਵੱਡੇ ਬਾਦਸ਼ਾ ਆਪਣੇ ਆਪ ਨੂੰ ਬڑے ਬڑے ਜਿਹੜੇ ਯੋਧੇ ਕਹਾਣ ਵਾਲੇ ਉਹ ਕਿਵੇਂ ਖਾਕ ਦੇ ਵਿੱਚ ਉਹਨਾਂ ਦਾ ਪ੍ਰਾਈਡ ਰੁੱਲਦਾ ਇਹ ਹੀ ਜ਼ਹਿਰ ਪਿਆਲਾ ਪੀਣਾ ਇਹ ਹੀ ਅਕੋੜਾ ਘੁਟ ਪਰਣਾ ਹੁਣ ਉਸ ਤਬਦੀਲੀ ਨੇ ਕੀ ਆਮ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਲਿਆਂਦੀ ਬੇਸ਼ੱਕ ਕਈ ਵਾਰ ਅਸੀਂ ਇਤਿਹਾਸ ਨੂੰ ਵੀ ਮਜ਼ਹਬ ਦੇ ਬਾਇਸ ਨਾਲ ਦੇਖਦੇ ਆਂ ਲੇਕਿਨ ਇਹਨੂੰ ਜੇ ਥੋੜਾ ਜਿਹਾ ਅਸੀਂ ਇੱਕ ਸਟੈਪ ਬੈਕ ਹੋ ਕੇ ਦੇਖਾਂਗੇ ਇਹ ਠੀਕ ਹੈ ਬਾਦਸ਼ਾਹੀਆਂ ਬਾਦਸ਼ਾਹਤਾ ਹੀ ਹੁੰਦੀਆਂ ਨੇ ਉਹਨਾਂ 'ਚ ਕਮਜ਼ੋਰੀਆਂ ਵੀ ਹੁੰਦੀਆਂ ਨੇ ਇਹ ਕੋਈ ਉਹ ਕੋਈ ਅਸੀਂ ਇਹ ਨਹੀਂ ਮੰਨਦੇ ਕਿ ਵੀ ਇਹ ਕੋਈ ਡਿਵਾਈਨ ਹੁੰਦਾ ਨੇ ਕੋਈ ਰੱਬ ਨੇ ਪੈਦਾ ਕੀਤੇ ਨੇ ਉਹ ਤਾਂ ਗੁਰੂ ਨਾਨਕ ਸਾਹਿਬ ਨੇ ਜਾਂ ਗੁਰਬਾਹ ਸਿੱਖ ਸਿਧਾਂਤ ਇਹ ਹੀ ਹੈ ਕਿ ਤਖਤ ਬਹ ਤਖਤ ਹੈ ਕੇ ਲਾਇਕ ਕਿ ਤਖਤ ਤੇ ਬਹਿਣ ਦਾ ਹੱਕ ਉਹਨੂੰ ਹੀ ਹੈ ਜਿਹੜਾ ਉਸ ਦੇ ਲਾਇਕ ਹੈ ਇਹ ਕੋਈ ਡਿਵਾਈਨ ਨਹੀਂ ਹੈ ਕਿ ਰੱਬ ਨੇ ਦលੀਸ਼ਵਰੋ ਈਸ਼ਵਰੋ ਜਿਵੇਂ ਬ੍ਰਾਹਮਣਾ ਨੇ ਮੰਤਰ ਘੜਿਆ ਸੀ ਜੀ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ ਨਹੀਂ ਇਹੀ ਕਾਰਨ ਹੈ ਕਿ ਜਿਹੜੀ ਸਿੱਖੀ ਦੀ ਮੁੱਢਲੀ ਜਿਹੜੀ ਫਿਲਾਸਫੀ ਹੈ ਉਹਦੇ ਵਿੱਚ ਇਹੀ ਹੈ ਕਿ ਜਦੋਂ ਗੁਰੂ ਅਰਜਨ ਸਾਹਿਬ ਇੱਕ ਆਈਡੀਅਲ ਰਾਜ ਦਾ ਕਨਸੈਪਟ ਦਿੰਦੇ ਨੇ ਔਰ ਜੇਸਰੂ ਭਗਤ ਰਵਿਦਾਸ ਜੀ ਦੀ ਬਾਣੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ ਤੇ ਉਹ ਕਨਸੈਪਟ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋ ਨਹੀਂ ਤੈ ਠਾਉ ਨਾ ਤਸ਼ਵੀਸ਼ ਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਅਬ ਮੋਹਿ ਖੂਬ ਵਤਨ ਗਹਿ ਪਾਈ ਉਹਾ ਖੈਰ ਸਦਾ ਮੇਰੇ ਭਾਈ ਬੇਗਮ ਇਹ ਐਸਾ ਸਿਸਟਮ ਪੁਲਿਟਿਕ ਜਿੱਥੇ ਕੋਈ ਗਮ ਨਾ ਹੋਏ ਉੱਤੇ ਖੌਫ ਨਾ ਹੋਏ ਖਤਾ ਨਾ ਹੋਏ ਕੋਈ ਵਾਧੂ ਟੈਕਸ ਨਾ ਹੋਣ ਕੋਈ ਲੁੱਟ ਕਸੂਟ ਨਾ ਹੋਏ ਉਥੇ ਹਰ ਕੋਈ ਖੈਰ ਚ ਰਹੇ ਇਹ ਆਈਡੀਅਲ ਰਾਜ ਦਾ ਕਨਸੈਪਟ ਹੈ ਔਰ ਗੁਰੂ ਅਰਜਨ ਸਾਹਿਬ ਨੇ ਇਸ ਨੂੰ ਬਿਆਨਿਆ ਹੁਣ ਹੁਕਮ ਹੋਆ ਮਿਹਰਬਾਨ ਦਾ ਪਹਿ ਕੋਏ ਨਾ ਕਿਸੇ ਰੰਜਾਂ ਦਾ ਸਭ ਸੁਖਾਲੀ ਵੁਠੀਆ ਇਹ ਹੋਆ ਹਲੇਮੀ ਰਾਜ ਜਿਉ ਕਿ ਇਹ ਰੱਬ ਦੀ ਰਜ਼ਾ ਹੈ ਮਿਹਰਬਾਨ ਦਾ ਹੁਕਮ ਹੈ ਕਿ ਕਿ ਐਸਾ ਸਿਸਟਮ ਜਿੱਥੇ ਕੋਈ ਕਿਸੇ ਨੂੰ ਰੰਜਾਏ ਨਾ ਤੰਗ ਨਾ ਕਰੇ ਕਿਸੇ ਦੇ ਮਨੁੱਖੀ ਹੱਕ ਨਾ ਖੋਏ ਜਾਣ ਕਿ ਕਿਸੇ ਕੋਈ ਭੁੱਖਾ ਨਾ ਸਵੇ ਕੋਈ ਆਪਣੀਆਂ ਲੋੜਾਂ ਤੋਂ ਇੱਕ ਪਾਸੇ ਇੱਕ ਰਜਕੇ ਮਹਿਲ ਦੇ ਵਿੱਚ ਬੈਠਾ ਇੱਕ ਝੁੱਗੀ ਦੇ ਵਿੱਚ ਰੋਲ ਰਿਆ ਐਵੇਂ ਨਾ ਹੋਏ ਹਰ ਇੱਕ ਨੂੰ ਮੁੱਢਲੀਆਂ ਜਿਹੜੀਆਂ ਨਹਿਮਤਾ ਕੁਦਰਤ ਨੇ ਦਿੱਤੀਆਂ ਨੇ ਉਹ ਹਰ ਇੱਕ ਨੂੰ ਮਹੀਆ ਹੋਣ ਇਹੀ கான்ਸੈਪਟ ਹੈ ਕਿ ਭਾਈ ਸਭ ਸੁਖਾਲੀ ਵੁੱਠੀ ਹੈ ਸਾਰੀ ਜਨਤਾ ਬਿਨਾਂ ਜਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਸੁਖੀ ਹੋਣ ਇਹੀ ਖਲੇਮੀ ਰਾਜ ਹੈ ਇਹੀ ਖਾਲਸਤਾਨ ਹੈ ਜੇ ਕੋਈ ਇਹ ਸਮਝੇ ਕਿ ਜੀ ਖਾਲਸਤਾਨ ਜਾਂ ਅੱਜ ਜਿਹੜੀ ਸਟਰਗਲ ਜਿਹੜੀ ਸੋਵਰਨਿਟੀ ਅਸੀਂ 29 ਮਾਰਚ 1859 ਨੂੰ ਗਵਾਈ ਸੀ ਉਹਦਾ ਇਹ ਹੈ ਕਿ ਜੀ ਇੱਕ ਹੈਡ ਆਫ ਦਾ ਸਟੇਟ ਇੱਕ ਪੱਗ ਵਾਲਾ ਬਣ ਜਾਏ ਦੂਜਾ ਸਾਰੇ ਬਾਦਲ ਮਰਿੰਦਰ ਮਨਮੋਹਨ ਸਿੰਘ ਵੀ 10 ਸਾਲ ਪ੍ਰਾਈਮ ਮਿਨਿਸਟਰ ਹੈ ਸਾਰੇ ਇਹ ਗੱਲ ਸਿਸਟਮ ਦੀ ਹੈ ਕਨਸੈਪਟ ਦੀ ਹੈ ਜੇ ਤੁਹਾਡਾ ਸਿਸਟਮ ਜਿਹੜਾ ਉਸ ਦੇ ਵਿੱਚ ਇਮਾਨਦਾਰੀ ਉਸ ਦੇ ਵਿੱਚ ਅਦਲ ਉਸ ਦੇ ਵਿੱਚ ਪਰਸੂਟ ਆਫ ਹੈਪੀਨੈਸ ਜਿੱਥੇ ਕਿ ਕੋਈ ਵੀ ਸ਼ਹਿਰੀ ਜਿਹੜਾ ਉਹ ਅੱਗੇ ਤਰੱਕੀ ਕਰ ਸਕੇ ਉਹ ਨਹੀਂ ਹੈ ਤੇ ਫਿਰ ਉਹ ਲੇਬਲ ਹੀ ਹੈ ਉਹ ਉਹਨਾਂ ਨੇ ਲਾ ਲਿਆ ਮੁਗਲਾਂ ਨੇ ਲਾ ਲਿਆ ਮਰਾਠਿਆਂ ਨੇ ਲਾ ਲਿਆ ਉਸ ਤੋਂ ਪਹਿਲਾਂ ਜਿਹੜੇ ਨੇ ਹੋਰਨਾਂ ਨੇ ਲਾ ਲਿਆ ਇਧਰ ਬ੍ਰਿਟਿਸ਼ ਔਰ ਦੂਸਰੇ ਕੋਲੋਨੀਅਲ ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ ਪਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਇਹਨਾਂ ਸਾਰੇ 173 ਸਾਲਾਂ ਦੇ ਸਫ਼ਰ ਨੂੰ ਦੇਖਦੇ ਹਾਂ ਉਹ ਦਿਨ 29 ਮਾਰਚ 1859 ਦਾ ਕੁਆਇਟ ਦੁੱਖ ਦੇਣ ਵਾਲਾ ਔਰ ਜ ਉਹਨੂੰ ਇਵਨ ਬ੍ਰਿਟਿਸ਼ ਜਿਹੜੇ ਦਰਬਾਰ ਦੇ ਵਿੱਚ ਮੌਜੂਦ ਨੇ ਕਿ ਲਾਸਟ ਅਖੀਰਲਾ ਦਰਬਾਰ ਪੰਜਾਬ ਦੀ ਧਰਤੀ ਲਾਹੌਰ ਜਿਹੜਾ ਸੀਟ ਆਫ ਪਾਵਰਸ ਸੀ ਮਹਾਰਾਜਾ ਰਣਜੀਤ ਸਿੰਘ ਨੇ ਅਦਾ ਉਸ ਦੇ ਵਿੱਚ ਲੱਗਦਾ ਹੈ ਸ਼ਾਹੀ ਦਰਬਾਰ ਚ ਦਲੀਪ ਸਿੰਘ 10 ਸਾਲ ਦੀ ਉਮਰ ਹੈ ਦਲੀਪ ਸਿੰਘ ਦੀ ਉਹ ਤਖਤ ਤੇ ਬੈਠਾ ਔਰ ਉਸ ਨੂੰ ਜਿਹੜਾ ਉਸ ਵੇਲੇ ਦਾ ਜਿਹੜਾ ਗਵਰਨਰ ਲਾਰਡ ਲਾਹੌਰੀ ਦਾ ਸੈਕਟਰੀ ਸੀ ਸਰ ਹੈਨਰੀ ਇਲੀਟ ਉਹ ਇੱਕ ਜਿਹੜਾ ਸਕ੍ਰਿਪਟ ਦਿੰਦਾ ਕਿ ਇਹ ਪੜ੍ਹ ਦਿਓ ਔਰ ਉਹ ਉਹਨੂੰ ਪੜ੍ਹਦਾ ਹੈ ਔਰ ਉਸ ਨੂੰ ਫਿਰ ਉੱਚੀ ਆਵਾਜ਼ ਦਰਬਾਰ ਚ ਪੜ੍ਹ ਕੇ ਸੁਣਾਇਆ ਜਾਂਦਾ ਹੈ ਕਿ ਦਲੀਪ ਸਿੰਘ ਨੇ ਮਹਾਰਾਜਾ ਦਲੀਪ ਸਿੰਘ ਨੇ ਆਪਣੇ ਵਾਰਸਾਂ ਦੇ ਪੰਜਾਬ ਉੱਪਰੋਂ ਸਾਰੇ ਹੱਕ ਰੁਤਵੇ ਛੱਡੇ ਕੋਇਨੂਰ ਹੀਰੇ ਸਮੇਤ ਸਾਰੇ ਖਜ਼ਾਨੇ ਅਤੇ ਸਾਰੇ ਰਾਜ ਦੀ ਜਾਇਦਾਦ ਦੀ ਮਾਲਕੀ ਛੱਡੀ ਜੋ ਹੁਣ ਬ੍ਰਿਟਿਸ਼ ਸਾਮਰਾਜ ਦੀ ਹੋਏਗੀ ਸਿੱਖ ਹਕੂਮਤ ਖਤਮ ਹੋਈ ਇਹ ਹੁਣ ਬ੍ਰਿਟਿਸ਼ ਰਾਜ ਹੋਏਗਾ ਔਰ ਸਾਰੇ ਦਰਬਾਰ ਦੇ ਵਿੱਚ ਜਿਹੜੀ ਆ ਖਾਮੋਸ਼ੀ ਪਸਰ ਜਾਂਦੀ ਹੈ ਇਹ ਐਲਾਨ ਤੋਂ ਬਾਅਦ ਗਲੀਪ ਸਿੰਘ ਤੋਂ ਥੱਲੇ ਦਸਖਤ ਕਰਾਏ ਜਾਂਦੇ ਨੇ ਔਰ ਉਸ ਦੀ ਜਿਹੜੀ ਗਰੂਮਿੰਗ ਵੀ ਆ ਉਹ ਅੰਗਰੇਜ਼ੀ ਦੇ ਵਿੱਚ ਰੋਮਨ ਦੇ ਵਿੱਚ ਦਸਖਤ ਕਰਦਾ ਹੈ ਔਰ ਦਲੀਪ ਡੀ ਯੂ ਐਲ ਈ ਈ ਪ ਜਿਹੜਾ ਉਹਦਾ origignal ਦਸਖਤ ਨੇ ਔਰ ਇੱਕ ਐਂਡ ਤੋਂ ਬਾਅਦ ਉਹ ਤਖਤ ਤੋਂ ਥੱਲੇ ਉਤਰ ਜਾਂਦਾ ਹੈ। ਔਰ ਬਾਹਰ ਜਿੱਥੇ ਕਿਲੇ ਦੇ ਉੱਤੇ ਖਾਲਸਾਈ ਝੰਡਾ ਝੂਲ ਰਿਹਾ ਸੀ ਉਹਨੂੰ ਇੱਕਦਮ ਲਾ ਲਿਆ ਜਾਂਦਾ ਹੈ ਔਰ ਬ੍ਰਿਟਿਸ਼ ਯੂਨੀਅਨ ਜੈਕ ਜਿਹਨੂੰ ਕਿਹਾ ਜਾਂਦਾ ਹੈ ਉਹ ਝੰਡਾ ਝੁਲਾਇਆ ਜਾਂਦਾ ਹੈ ਔਰ ਸਾਰੇ ਦਰਬਾਰ ਦੇ ਵਿੱਚ ਖਾਮੋਸ਼ੀ ਹੈ ਹਾਲਾਂ ਉਸ ਤੋਂ ਪਹਿਲਾਂ ਪਹਿਲੀ ਐਂਗਲੋ ਸਿੱਖ ਵਾਰ ਦੂਸਰੀ ਐਂਗਲੋ ਸਿੱਖ ਵਾਰ ਦੇ ਵਿੱਚ ਫੌਜ ਜਿਹੜੀ ਹੈ ਉਸ ਤੋਂ ਦੂਸਰੀ ਐਂਗਲੋ ਸਿੱਖ ਵਾਰ ਖਾਸ ਤੌਰ ਤੇ ਜਿਹੜੀ ਗੁਜਰਾਤ ਦੀ ਲੜਾਈ ਹੋਈ ਉਸ ਦੇ ਵਿੱਚ ਉਹਨਾਂ ਨੇ ਸਿੱਖ ਫੌਜੀਆਂ ਨੂੰ ਹਥਿਆਰ ਸੁੱਟਣ ਦੇ ਉੱਤੇ ਮਜਬੂਰ ਕੀਤਾ ਸੀ ਹੁਣ ਇਹ ਜਿਹੜਾ ਸਾਰਾ ਪਾਰਟ ਹੈ ਇਹ ਇਕੱਲਾ ਇਹ ਹੀ ਨਹੀਂ ਹੈ ਹਾਲਾਂ ਕਿਸੇ ਵੀ ਗ੍ਰੀਕ ਟ੍ਰੈਜੇਡੀ ਤੋਂ ਵੱਧ ਕੇ ਜੋ ਦਲੀਪ ਸਿੰਘ ਔਰ ਉਹਦੀ ਮਾਂ ਮਹਾਰਾਣੀ ਜੰਦਾ ਦੀ ਕਹਾਣੀ ਹੈ ਉਹ ਇੱਕ ਦੁਖਾਂਤ ਹੈ ਔਰ ਪਿਛਲੇ ਦਿਨਾ ਚੀ ਪ੍ਰਿੰਸੈਸ ਬੰਬਾ ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਸਭ ਤੋਂ ਛੋਟੀ ਬੇਟੀ ਕਿਉਂਕਿ ਮਹਾਰਾਜਾ ਦੇ ਖਾਨਦਾਨ ਦਾ ਅਖੀਰਲੀ ਜਿਹੜੀ ਨਿਸ਼ਾਨੀ ਸੀ ਪ੍ਰਿੰਸੈਸ ਬੰਬਾ ਉਹ ਲਾਹੌਰ ਦੇ ਵਿੱਚ ਹੀ ਜਿਹੜਾ ਚੜ੍ਹਾਈ ਕਰਦੇ ਨੇ 10 ਮਾਰਚ 1957 ਨੂੰ ਔਰ ਉਹਨਾਂ ਦੇ ਜਿਹੜੇ ਸੈਕਟਰੀ ਰਹੇ ਪੀਰ کریم ਬਖਸ਼ ਉਹਨਾਂ ਨੇ ਉਹਨਾਂ ਦੀ ਕਬਰ ਬਣਾਈ ਔਰ ਹੁਣ ਜਿਹੜੇ ਸਿੱਖ ਪਾਕਿਸਤਾਨ ਦੇ ਟ੍ਰਿਪ ਤੇ ਜਾਂਦੇ ਨੇ ਦਰਸ਼ਕ ਦੇਖ ਸਕਦੇ ਨੇ ਉਹ ਉਸ ਸ਼ਹਿਜ਼ਾਦੀ ਬੰਬਾ ਉਹਨਾਂ ਦੀ ਕਬਰ ਦੇ ਉੱਤੇ ਵੀ ਉਹ ਜਿਹੜਾ ਉਹ ਜਾਂਦੇ ਨੇ ਔਰ ਇਹ ਮੈਂ ਸਮਝਦਾ ਹਾਂ ਵੀ ਜਦੋਂ ਸਾਡੇ ਕੋਲ ਹੋਰ ਤਾਂ ਇਹ ਸਾਰੇ ਗੈਪ ਪੀਰੀਅਡ ਦਾ ਬਹੁਤ ਕੁਝ ਗਵਾਚਿਆ ਹੋਇਆ ਹੈ ਪਰ ਜਦੋਂ ਇਹ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਬੰਬਾ ਲਾਹੌਰ ਆਂਦੀ ਹੈ ਜਿਹੜੀਆਂ ਕੁਝ ਚੀਜ਼ਾਂ ਖਜ਼ਾਨੇ ਦੀਆਂ ਜਿਹੜੀਆਂ ਮਹਾਰਾਜਾ ਦਲੀਪ ਸਿੰਘ ਨੂੰ ਐਜ਼ ਅ ਪਰਸਨਲ ਪ੍ਰੋਪਰਟੀ ਦੇ ਤੌਰ ਤੇ ਲਜਾਣ ਦਿੱਤੀਆਂ ਕਿਉਂਕਿ ਉਹ ਆਖੀਰਲਾ ਦਿਨ ਸੀ ਦਲੀਪ ਸਿੰਘ ਦਾ ਫਿਰ ਉਹਨੂੰ ਕਦੇ ਵਾਪਸ ਪੰਜਾਬ ਨਹੀਂ ਆਣ ਦਿੱਤਾ ਗਿਆ ਉਹਨੂੰ ਪਹਿਲਾਂ ਕੁਝ ਦਿਨ ਯੂਪੀ ਦੇ ਵਿੱਚ ਰੱਖਿਆ ਗਿਆ ਇਸਾਈ ਬਣਾਇਆ ਗਿਆ ਫਿਰ ਇੰਗਲੈਂਡ ਲਜਾਇਆ ਗਿਆ ਮਾਂ ਤਾਂ ਪਹਿਲਾਂ ਹੀ ਵਿਛੜ ਗਈ ਸੀ ਮਹਾਰਾਣੀ ਜੰਦਾ ਨੂੰ ਕੈਦ ਕਰ ਲਿਆ ਸੀ ਔਰ ਫਿਰ ਜਦੋਂ ਦਲੀਪ ਸਿੰਘ ਨੇ ਵਾਪਸ ਵੀ ਮੁੜਨਾ ਚਾਹਿਆ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਉਹ ਇੱਕ ਟ੍ਰਬਲਡ ਚਾਈਲਡਹੂਡ ਚੋਂ ਗੁਜ਼ਰਿਆ ਬੱਚਾ ਕਦੇ ਕੁਝ ਸੋਚਦਾ ਹੈ ਕਦੇ ਕੁਝ ਸੋਚਦਾ ਹੈ ਪਰ ਇੱਕ ਗੱਲ ਉਹਨੂੰ ਇਹ ਜ਼ਾਰ ਸੀ ਕਿ ਇਹ ਧੋਖੇਬਾਜ਼ ਕੌਮ ਹੈ ਇਹਨਾਂ ਨੇ ਧੋਖਾ ਕੀਤਾ ਔਰ ਉਹ ਮਾਈਨਰ ਸੀ ਹੋਤਾ ਨਾਬਾਲਗ ਸੀ ਜਿਹੜੀ ਪਹਿਲੀ ਟ੍ਰੀਟੀ ਹੋਈ ਗਾਰਡੀਅਨ ਤਾਂ ਅੰਗਰੇਜ਼ ਬਣੇ ਲੇਕਿਨ ਇੱਕ ਵੱਖਰੀ ਕਹਾਣੀ ਹੈ ਲੇਕਿਨ ਜਿਵੇਂ ਮੈਂ ਕਿਹਾ ਕਿ ਜਦੋਂ ਸ਼ਹਿਜ਼ਾਦੀ ਬੰਬਾ ਉਹ ਹਮੇਸ਼ਾ ਬਿਸ਼ੱਕ ਮਾਡਲ ਟਾਊਨ ਲਾਹੌਰ 47 ਤੋਂ ਪਹਿਲਾਂ ਆਈ ਉਹਨੇ ਵਿਆਹ ਕਿੰਗਸ ਕਾਲਜ ਮੈਡੀਕਲ ਕਾਲਜ ਲਾਹੌਰ ਦੇ ਪ੍ਰਿੰਸੀਪਲ ਸੀ ਡਾਕਟਰ ਸੁਦਰਲੈਂਡ ਉਹਦੇ ਨਾਲ ਕੀਤਾ ਔਲਾਦ ਕੋਈ ਨਹੀਂ ਹੋਈ ਔਰ ਮਹਾਰਾਜਾ ਦਲੀਪ ਸਿੰਘ ਦੇ ਹਾਲਾਂ ਤਿੰਨ ਬੇਟੇ ਤਿੰਨ ਬੇਟੀਆਂ ਸੀ ਪਰ ਕਿਸੇ ਦੇ ਕੋਈ ਔਲਾਦ ਨਹੀਂ ਹੋਈ ਇਹ ਵੀ ਕੁਦਰਤ ਦੀ ਕੋਈ ਆਪਣੀ ਖੇਡ ਹੁੰਦੀ ਹੈ ਲੇਕਿਨ ਉਹ ਜਦੋਂ ਆਈ ਉਹਨੂੰ ਇਹ ਸੀ ਕبھی ਮੈਂ ਆਪਣੇ ਜਿਹੜਾ ਆਪਣੇ ਦਾਦੇ ਦੇ ਸ਼ਹਿਰ ਦੇ ਵਿੱਚ ਰਹਿਣਾ ਔਰ ਉਹਨਾਂ ਗਲੀਆਂ ਦੇ ਵਿੱਚੋਂ ਘੁੰਮਣਾ ਵੀ ਉਸਨੇ ਔਰ ਉਹ ਆਪਣੇ ਨਾਲ ਜਿਹੜਾ ਜਿਹੜਾ ਦਲੀਪ ਸਿੰਘ ਲਾਹੌਰ ਦੀਆਂ ਪਰਸਨਲ ਜਿਹੜੀਆਂ ਚੀਜ਼ਾਂ ਉਹ ਨਾਲ ਵੀ ਲੈ ਕੇ ਆਈ ਉਹਨਾਂ ਦੇ ਵਿੱਚ ਜਦੋਂ ਉਹਨੇ ਡੈਥ ਤੋਂ ਪਹਿਲਾਂ ਜਿਹੜੇ ਪੀਰ کریم ਬਖਸ਼ ਸੀ ਇਹ بڑے ਉਹਨਾਂ ਦੇ ਸੈਕਟਰੀ ਵੀ ਸੀ ਉਹਨਾਂ ਦੀ ਸੇਵਾ ਸੰਭਾਲ ਵੀ ਕੀਤੀ ਸਕਾਲਰ ਵੀ ਸੀ ਔਰ ਇਹ ਸਾਰੀਆਂ ਗਿਫਟਸ ਉਹਨਾਂ ਨੇ ਪੀਰ کریم ਬਖਸ਼ ਨੂੰ ਦਿੱਤੀਆਂ ਜਨਦ ਦੇ ਵਿੱਚ 18 ऑयल ਪੇਂਟਿੰਗ ਸੀ 14 ওয়াটার কালার ਸੀ 22 ਜਿਹੜੇ ਨੇ ਹਾਥੀਦੰਦ ਦੀਆਂ ਬਣੀਆਂ ਹੋਈਆਂ ਪੇਂਟਿੰਗਸ 17 ਫੋਟੋਗ੍ਰਾਫਸ 10 ਜਿਹੜੇ ਨੇ ਮੈਟੈਲਿਕ ਆਬਜੈਕਟਸ ਤੇ 7 ਜਿਹੜੇ ਨੇ ਹੋਰ ਮਿਸਲੇਨੀਅਸ ਆਰਟੀਕਲਸ ਔਰ ਇਹ ਚੰਗੀ ਗੱਲ ਹੈ ਕਿ ਪੀਰ کریم ਬਖਸ਼ ਨੇ ਅਲਟੀਮੇਟਲੀ ਉਹ ਪਾਕਿਸਤਾਨ ਹਕੂਮਤ ਨੂੰ ਦਿੱਤੇ ਔਰ ਇਹ ਅੱਜ ਵੀ ਜਿਹੜੇ ਸਿੱਖ ਹੁਣ ਲਾਹੌਰ ਸ਼ਾਹੀ ਕਿਲੇ ਚ ਜਾਂਦੇ ਨੇ ਇੱਕ ਸਿੱਖ ਗੈਲਰੀ ਆਰਡੋਨਾ ਨੇ ਸਟੈਬਲਿਸ਼ ਕੀਤੀ ਹੈ ਔਰ ਉਸ ਨੂੰ ਜਿਹੜਾ ਉਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਡਿਸਪਲੇ ਕੀਤੀਆਂ ਹੋਈਆਂ ਸੋ ਇਹ ਇੱਕ ਤਾਂ ਟ੍ਰੈਜਿਕ ਕਹਾਣੀ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੀ ਹੈ ਪਰ ਸਿੱਖ ਹਵਾਲੇ ਨਾਲ ਅਸੀਂ ਜਦੋਂ ਗਵਾਚੀ ਸੋਵਰਨਿਟੀ ਦੀ ਗੱਲ ਕਰਦੇ ਅੰਗਰੇਜ਼ਾਂ ਦੇ ਪੱਲੇ ਪੈ ਸਿੱਖ ਰਾਜ ਉਹਨਾਂ ਦੇ ਪਿੱਠੇ ਪਿਆ ਔਰ ਫਿਰ ਕਿਵੇਂ ਇਸ ਸਾਰੇ ਪੀਰੀਅਡ ਸਾਡੀ ਸਟਰਗਲ ਤਾਂ ਜਾਰੀ ਰਹੀ ਉਹ ਬੇਸ਼ੱਕ ਪਾਈ ਮਹਾਰਾਜ ਸਿੰਘ ਨੇ 1850 ਦੇ ਵਿੱਚ ਹੀ ਰਿਵੋਲਟ ਦਾ ਝੰਡਾ ਖੜਾ ਕੀਤਾ ਉਹਨਾਂ ਨੂੰ ਸਿੰਗਾਪੁਰ ਜਲਾਵਤਨ ਕਰਕੇ ਉੱਥੇ ਜੇਲ੍ਹ ਦੇ ਵਿੱਚ ਰੱਖ ਕੇ ਮਾਰਿਆ ਗਿਆ ਫਿਰ ਕੂਕਿਆਂ ਦੀ ਲਹਿਰ ਚੱਲੀ ਰਹਿਣ ਨਾ ਦੇ ਉਹ ਹਿੰਦ ਚ ਰਾਜ ਫਰੰਗੀ ਦਾ ਫਿਰ ਅਸੀਂ ਗਦਰ ਮੂਵਮੈਂਟ ਦੀ ਗੱਲ ਕਰਦੇ ਜਿੱਥੇ ਬਾਹਰੋਂ ਜਾ ਕੇ ਗਦਰ ਦੀ ਲਾਈਨ ਪਰ ਇਹ ਸਾਰੀਆਂ ਟਵਰਡਸ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ ਚ ਪੈਂਦੀਆਂ ਰਹੀਆਂ ਫਿਰ ਅਸੀਂ ਗਦਰ ਮੂਵਮੈਂਟ ਤੋਂ ਬਾਅਦ ਦੇਖਦੇ ਆ ਜਿਹੜਾ 20s ਦੇ ਵਿੱਚ ਅਕਾਲੀ ਲਹਿਰ ਬਬਰ ਅਕਾਲੀ ਲਹਿਰ ਸ਼ਹੀਦ ਉਦਮ ਸਿੰਘ ਸ਼ਹੀਦ ਭਗਤ ਸਿੰਘ ਇਹ ਸਾਰੇ ਜਿਹੜੇ ਕੈਰੈਕਟਰ ਨੇ ਜਿਨ੍ਹਾਂ ਚੋਂ ਸਿੱਖ ਦੀ ਸਿੱਖੀ ਦੀ ਬਰੇਵਰੀ ਪਰ ਇੱਕ ਗੁਲਾਮੀ ਚੋਂ ਨਿਕਲਦੇ ਆਏ 1947 ਤੱਕ ਪਹੁੰਚਦੇ ਆ ਸਾਡੀ ਲੀਡਰਸ਼ਿਪ ਆਪਣੀ ਸੋਵਰਨਿਟੀ ਨੂੰ ਜਾਂ ਇੱਕ ਰੀਅਲਿਸਟਿਕ ਤੌਰ ਦੇ ਉੱਤੇ ਆਪਣੀ ਖਾਲਸਾਣ ਦੀ ਮੰਗ ਨੂੰ ਤਾਂ ਕੀ ਮਨਵਾਣਾ ਸੀ ਉਹਨਾਂ ਨੇ ਨਹਿਰੂ ਗਾਂਧੀ ਦੇ ਚਾਂਸੇ 'ਚ ਆ ਕੇ ਉਹਨਾਂ ਦੇ ਹਵਾਲੇ ਆਪਣਾ ਆਪਾ ਕੀਤਾ ਔਰ ਫਿਰ ਪਿਛਲੇ 75 ਸਾਲਾਂ ਤੋਂ ਸਾਡੀ ਕਹਾਣੀ ਔਰ ਜਿਵੇਂ ਤੁਸੀਂ ਕਿਹਾ ਪਿਛਲੀਆਂ 4 ਦਹਾਕੀਆਂ ਤੋਂ ਉਹੀ ਸੋਵਰਨਿਟੀ ਜਦੋਂ ਸਿੱਖ ਅੱਜ ਵੀ ਮਹਾਰਾਜ ਰਣਜੀਤ ਸਿੰਘ ਦੀ ਯਾਦ ਮਨਾਉਣ ਦੀ 29 ਜੂਨ ਵਾਲੇ ਦਿਨ ਕਿਉਂਕਿ 29 ਜੂਨ 1839 'ਚ ਉਹਨਾਂ ਦੀ ਮੌਤ ਹੁੰਦੀ ਹੈ ਲਾਹੌਰ ਜਾਂਦੇ ਨੇ ਉਹਨਾਂ ਦੀ ਸਮਾਦ ਦੇ ਉੱਤੇ ਫਿਰ ਇਹ ਨਹੀਂ ਹੈ ਕਿ ਭਾਈ ਕੋਈ ਅਸੀਂ ਰਾਜਿਆਂ ਮਹਾਰਾਜਿਆਂ ਨੂੰ ਸੈਲੀਬ੍ਰੇਟ ਕਰਦੇ ਹਾਂ ਇੱਕ ਯੂਨਿਕ ਪਰਸਨੈਲਿਟੀ ਸੀ ਲੇਕਿਨ ਇਹ ਹੈ ਕਿ ਜਦੋਂ ਤੁਸੀਂ ਆਪਣੀ ਸੋਵਰਨਿਟੀ ਦੇ ਗਵਾਚੇ ਨੈਣ ਨਕਸ਼ ਲੱਭ ਰਹੇ ਹੋ ਔਰ ਇਹ ਸੋਨ ਸਿੰਘ ਸੀਤਲ ਜਿਹੜੇ ਬੜੇ ਵੱਡੇ ਟਾਡੀ ਵੀ ਹੋਏ ਨੇ ਹਿਸਟੋਰੀਅਨ ਵੀ ਉਹਨਾਂ ਦੀ ਇੱਕ ਜਿਹੜੀ ਲਖਤ ਹੈ ਜੇ ਇਸ ਨੂੰ ਅਕਸਰ ਜਦੋਂ ਹੁਣ ਵੀ ਇਹ ਜ਼ਿਕਰ ਚੱਲ ਰਿਹਾ ਹੈ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਹੁੰਦੀ ਹੈ ਸਾਰੇ ਸੁਣਾਉਂਦੇ ਨੇ ਇਹ ਉਸ ਸਾਡੀ ਗਵਾਚੀ ਸੋਵਰਨਿਟੀ ਦੀਆਂ ਬਾਤਾਂ ਪਾਉਂਦੀ ਉਹਨਾਂ ਦੀ ਲਿਖਤ ਹੈ ਜਦੋਂ ਉਹਨਾਂ ਨੇ ਕਿਹਾ ਕਿ ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸੀ ਸ਼ਾਨ ਵਾਲੇ ਅਸੀਂ ਪੰਜ ਦਰਿਆਵਾਂ ਦੇ ਬਾਦਸ਼ਾਹ ਸਾਂ ਤਾਜ ਤਖਤ ਵਾਲੇ ਅਣਖ ਆਣ ਵਾਲੇ ਸਾਡੇ ਸਿਰਾਂ ਤੇ ਕਲਗੀਆਂ ਸੋਹਂਦੀਆਂ ਸਨ ਸਾਨੂੰ ਨਿਉਂਦੇ ਸਨ ਕਈ ਗੁਮਾਨ ਵਾਲੇ ਸਾਡੇ ਖਾਲਸਾਈ ਕੌਮੀ ਨਿਸ਼ਾਨ ਅੱਗੇ ਪਾਣੀ ਪਰਦੇ ਸਨ ਕਈ ਨਿਸ਼ਾਨ ਵਾਲੇ ਨਿਸ਼ਾਨ ਵਾਲੇ ਸਾਡੀ ਚਮਕ ਦੀ ਧੀਰ ਸਾਡੀ ਚਮਕ ਦੀ ਤੇਗ ਦੀ ਧਾਰ ਅੱਗੇ ਭੇਟਾ ਧਰਦੇ ਸਨ ਕਾਬਲ ਈਰਾਨ ਵਾਲੇ ਬਿਨਾ ਪੁੱਛਿਆ ਇੱਧਰ ਨਾ ਝਾਕਦੇ ਸਨ ਸਾਡੇ ਸਿਰਾਂ ਤੇ ਹੁਕਮ ਚਲਾਣ ਵਾਲੇ ਕੌਣ ਜਾਣਦਾ ਸੀ ਰੁੱਲਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਖੀਰੇ ਹੰਡਾਨ ਵਾਲੇ ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ ਤਾਜ ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ ਜੀ ਇਹ ਲਾਈਨ ਐਮਤ ਰੱਖਦੀਆਂ ਨੇ ਕਿ ਕੌਣ ਜਾਣਦਾ ਸੀ ਰੁੱਲਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਖੀਰੇ ਹੰਡਾਨ ਵਾਲੇ ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ ਪਰ ਕਿਉਂਕਿ ਬਹੁਤ ਚੀਜ਼ਾਂ ਦੇਸ਼ ਔਰ ਕਾਲ ਅਕਾਲਪੁਰਖ ਦੇ ਹੱਥ 'ਚ ਹੈ ਰੱਬ ਦਾ ਆਪਣਾ ਹੁਕਮ ਚੱਲ ਰਿਹਾ ਹੁੰਦਾ ਹੈ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਣਾ ਅੱਗੇ ਤੁਰਨਾ ਲੇਕਿਨ ਇਸ ਫੇਥ ਦੇ ਨਾਲ ਕਿਉਂਕਿ ਅਕਸਰ ਜਦੋਂ ਸਰ ਕਪੂਰ ਸਿੰਘ ਜਿਹੜੇ ਵੱਡੇ ਫਿਲਾਸਫਰ 20ਵੀਂ ਸਦੀ ਦੇ ਹੋਏ ਔਰ ਜਿਨ੍ਹਾਂ ਦੀ ਉਸ ਦੋ ਅੰਗਰੇਜ਼ੀ ਸਲਤਨਤ ਔਰ ਨਹਿਰੂ ਦਾ ਰਾਜ ਉਹਨਾਂ ਨੇ ਉਹ ਸਾਰੇ ਨੂੰ ਉਸ ਦੇ ਉਹ ਟੈਸਟੀਮਨੀ ਨੇ ਔਰ ਅਕਸਰ ਜਦੋਂ ਉਹਨਾਂ ਦੇ ਉਦਾਸ ਪਲ ਵੀ ਹੋਣੇ ਤੇ ਉਹਨਾਂ ਨੇ ਕਹਿਣਾ ਵੀ ਨਹੀਂ ਅਸੀਂ ਜਿੰਨੇ ਮਰਜ਼ੀ ਡੂੰਗੇ ਖੂਚ ਡਿਗੇ ਹੋਈਏ ਗੁਰੂ ਕਲਗੀਆਂ ਵਾਲੇ ਦਾ ਇਕਰਾਰਨਾਮਾ ਪੰਥ ਦੇ ਨਾਲ ਪੰਥ ਖਾਲਸਾ ਖੇਤੀ ਮੇਰੀ ਹਾਂ ਸੰਭਾਲ ਕਰੂੰ ਤਿਸ ਕੇਰੀ ਗੁਰੂ ਨੇ ਸਾਨੂੰ ਬੇਕਰੇ ਨਹੀਂ ਰਹਿਣ ਦੇਣਾ ਔਰ ਅਸੀਂ ਇਹਨਾਂ ਚਾਰ دہਾਕਿਆਂ ਦੀ ਖਾਲਸਾਤਾਨ ਦੀ ਸਟਰਗਲ ਜਿਸ ਦੇ ਆਈਕੋਨਿਕ ਫਿਗਰ ਸੰਜਨੈਲ ਸਿੰਘ ਖਾਲਸਾ ਪਿੰਡਰਾਵਾਲੇ ਜਿਨ੍ਹਾਂ ਦੇ ਅਲਫਾਜ਼ ਜਦੋਂ ਵੀ ਕਿਤੇ ਅੱਜ ਵੀ ਪੜੇ ਜਾਂਦੇ ਨੇ ਦੁਹਰਾਏ ਜਾਂਦੇ ਨੇ ਤੇ ਫਿਰ ਇਹੀ ਨੇ ਕਿ ਇਹ ਸਾਡੀਆਂ ਮੰਗਾ ਨਹੀਂ ਹੱਕ ਨੇ ਮੰਗਾ ਮੰਗੀਆਂ ਜਾਂਦੀਆਂ ਨਹੀਂ ਹੱਕ ਲੈ ਜਾਂਦੇ ਨੇ ਔਰ ਦੂਸਰੀ ਯਾਦਗਾਰਨੀ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਔਰੇ ਸ਼ਹੀਦਾਂ ਦੇ ਖੂਨ ਦਾ ਹੱਕ ਦਰਿਆਏ ਜਮਨਾ ਤੋਂ ਵਾਗਾ ਤੱਕ 인ਡੀਪੈਂਡੈਂਟ ਸੋਵਰਨ ਨੇਸ਼ਨ ਖਾਲਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਔਰ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਬਾਨੀਆਂ ਚੋਂ ਜਿਨ੍ਹਾਂ ਨੇ ਕਦੇ ਪੰਜ ਤੀਰ ਹੋਰ 1970ਆਂ ਦੇ ਵਿੱਚ ਨਜ਼ਮਾਂ ਦੀ ਜਿਹੜੀ ਹੈ ਕਿਤਾਬ ਲਿਖੀ ਗੁਰੂ ਕਲਗੀਧਰ ਦੇ ਚਰਨਾਜ ਕੇ ਪਾਈ ਭੇਜੋ ਬੰਦਾ ਸਿੰਘ ਬਹਾਦਰ ਵਰਗਾ ਕੋਈ ਪੰਜ ਤੀਰਾਂ ਦੀ ਬਖਸ਼ਿਸ਼ ਕਰਕੇ ਔਰ ਇਹ ਵੀ ਹਿਸਟਰੀ ਦਾ ਜਾਂ ਰੋਹਾਨੀਅਤ ਦੀ ਦੁਨੀਆ ਦਾ ਕਰਿਸ਼ਮਾ ਹੁੰਦਾ ਕਿ ਉਦੋਂ ਦਾ ਜੇ ਜਦੋਂ ਨਾ ਬਖੀਸੀ ਕਿਤਾਬ ਸੰਜਨੈਲ ਸਿੰਘ ਪੰਡਾ ਵਾਲੇ ਸੀਨ ਤੇ ਵੀ ਨਹੀਂ ਸੀ ਲੇਕਿਨ ਵਕਿਆ ਹੀ ਤੀਰ ਵਾਲਾ ਬਾਬਾ ਆਇਆ ਔਰ ਹਿਟਲੀ ਉੱਤੇ ਲਿਆਂਦੀ ਅੱਜ ਜੋ ਹਾਲਾਤ ਚੱਲ ਰਹੇ ਨੇ ਉਹਨਾਂ ਨੇ ਪਿਛਲੇ ਦਿਨਾਂ 'ਚ ਉਹਨਾਂ ਨੇ ਇੱਕ ਨਜ਼ਮ ਲਿਖੀ ਹੈ ਉਸ ਨੂੰ ਮੈਂ ਸਾਂਝੀ ਕਰਕੇ ਇਹਨੂੰ ਕਲੋਜ਼ ਕਰਾਂਗਾ ਅੱਛਾ ਕਿਉਂ ਉਹਨਾਂ ਨੇ ਕਿਹਾ ਜਦੋਂ ਪੰਜ ਤੀਰ ਮੰਗੇ ਸੀ ਇਹ ਆਪਣੀ ਪਹਿਲੀ ਖਤ ਨੂੰ ਅੱਜ ਦੇ ਹਾਲਾਤ ਜਦੋਂ ਪੰਜ ਤੀਰ ਮੰਗੇ ਸੀ ਉਦੋਂ ਚੜਦੀ ਜਵਾਨੀ ਸੀ ਨਾਲੇ ਸੰਘਰਸ਼ ਚੜਦਾ ਸੀ ਤੇਰੀ ਬਖਸ਼ਿਸ਼ ਸੀ ਐਸੀ ਰਾਹਾਂ 'ਚ ਸਾਡੇ ਕੌਣ ਖੜਦਾ ਸੀ ਜਦੋਂ ਚਾਇਆ ਸੜਕਾਂ ਤੇ ਦੰਦ ਨਾਏ ਜਦੋਂ ਚਾਇਆ ਅਸਮਾਨਾਂ ਨੂੰ ਹੱਥ ਲਾਏ ਤੇਰੀ ਬਖਸ਼ਿਸ਼ ਨਾਲ ਇੱਕ ਵਾਰ ਫੇਰ ਉਤਲੀ ਹੀਟ ਕੀਤੀ ਸੀ ਤੇਰੀ ਬਖਸ਼ਿਸ਼ ਨਾਲ ਇੱਕ ਵਾਰ ਫੇਰ ਹਰ ਦੁਸ਼ਮਨ ਜ਼ੁਬਾਨ ਸੀਤੀ ਸੀ ਪਤਾ ਨਹੀਂ ਕਿੱਥੇ ਕੋਈ ਕਮੀ ਰਹੀ ਸਭ ਗਵਾ ਲਿਆ ਮੁੜ ਕੇ ਜੂਝੇ ਬੜਾ ਲੜੇ ਬੜਾ ਪਰ ਬੈਠੇ ਨਾ ਜੁੜ ਕੇ ਲੱਗਦਾ ਕਿਤੇ ਤੇਰੀ ਕੋਈ ਅਵਗਿਆ ਹੋ ਗਈ ਸ਼ਾਇਦ ਕਿਸ ਕਿਸਮਤ ਇਸੇ ਲਈ ਹੈ ਇੱਕ ਵਾਰ ਫੇਰ ਸੌਂ ਗਈ ਤੇਰੇ ਬੱਚੇ ਹਾਂ ਦਾਤਾ ਗਲਤੀਆਂ ਤਾਂ ਬਹੁਤ ਕਰਦੇ ਆ ਬਿਲਕੁਲ ਤੇਰੇ ਬੱਚੇ ਹਾਂ ਦਾਤਾ ਗਲਤੀਆਂ ਤਾਂ ਬਹੁਤ ਕਰਦੇ ਹਾਂ ਪਰ ਤੇਰੇ ਹਰ ਹੁਕਮ ਤੇ ਅੱਜ ਵੀ ਅਸੀਂ ਸੀਸ ਤਰਦੇ ਹਾਂ ਬਖਸ਼ ਦੇ ਇੱਕ ਵਾਰ ਫੇਰ ਦਾਤਾ ਰਾਹ ਦਿਖਾ ਕੋਈ ਤੇਰੇ ਹੁਕਮਾਂ ਜਿਹਾ ਦੇਸ਼ ਸਿਰਜ ਸਕੀਏ ਸਾਡੀ ਝੋਲੀ ਐਸਾ ਵਰ ਪਾ ਕੋਈ ਤੇਰੇ ਬੱਚੇ ਹਾਂ ਦਾਤਾ ਗਲਤੀਆਂ ਤਾਂ ਬਹੁਤ ਕਰਦੇ ਹਾਂ ਪਰ ਤੇਰੇ ਹਰ ਹੁਕਮ ਤੇ ਅੱਜ ਵੀ ਅਸੀਂ ਸੀਸ ਤਰਦੇ ਹਾਂ ਬਖਸ਼ ਦੇ ਇੱਕ ਵਾਰ ਫੇਰ ਦਾਤਾ ਰਾਹ ਦਿਖਾ ਕੋਈ ਤੇਰੇ ਹੁਕਮਾਂ ਜੇ ਆਦੇਸ਼ ਸਿੱਧ ਸਕੀਏ ਸਾਡੀ ਝੋਲੀ ਐਸਾ ਵਰ ਪਾ ਕੋਈ ਖਾਲਸਤਾਨ ਜ਼ਿੰਦਾਬਾਦ ਜੀ ਰਾਤ ਸਾਥਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸਵੈਥਲੇ ਨੇ ਆਪਰੇ ਕਾਰਪ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੀਆਂ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜੜੀ ਆਵਾਜ਼ ਹੈ ਉਹ ਬਲੰਦ ਕਾਰਿਆ ਇਹ ਵਾਟ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਛੜਦੀ ਕਲਾ ਲਈ ਵਾਦ-ਵਦ ਜੁਨੇਰ ਕਰੋ ਜੁਨੇਰ ਕਰਨ ਲਈ ਸਾਡੇ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਜੁਨੇਰ ਕਰ ਸਕਦੇ ਹੋ ਮੰਥਲੀ ਜੁਨੇਰ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਨੀ ਲੌਂਗ ਰੰਡ ਸਿਟੀ ਨਿਊਯਾਰਕ 11101 ਯੂ ਐਸ اے ਜੇファーਦ ਤੁਸਾਨੂੰ ਫੋਨ ਲਈ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ ਵੀ 51666191984 ਤੁਸਾਨੂੰ ਈਮੇਲ ਵਿਕਾਸ ਦੇ ਨੂੰ ਪਾਟੀ ਵੀ ਰਿਪੋਰਟ ਆਚ ਵੀ ਤੇ ਅਸੀਂ ਤੁਹਾਡੇ ਚੈਨ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਇੱਥੇ ਲੈਨੇ ਬ੍ਰੇਕ ਵੀਅਰਸ ਤੁਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ